أعوذ بالله من الشيطان الرجيم بسم الله الرحمن الرحيم وإذا سألك عبادي أني فإني قريب أجيب دعوة الدعاء إذا دعا فليستجيبوا لي وليؤمنوا بي لعلهم يرشدون آمنت بالله صدق الله العظيم إن الله وملائكته يصلون على النبي يا الذين آمنوا صلوا عليه وسلموا تسليما اللهم صل على محمد وعلى آل محمد كما صليت على إبراهيم وعلى آل إبراهيم إنك حميد مجيد اللهم بارك على محمد وعلى آل محمد كما باركت على إبراهيم وعلى آل إبراهيم إنك حميد سجدہ حرام لوگوں بن رب دے ماں سوائے سجدہ حرام لوگوں بن رب دے ماں سوائے مشکل کشا خدائے حاجت روا خدائے ایاک نعبد و ایاک نستعین اے خالق مالک تو داتا پختا میرا یقین اگے مولا تیرے ہی اگے مولا جھک دی ساڈی جبے
ਤੇਰੇ ਹੀ ਅੱਗੇ ਮੌਲਾ, ਤੇਰੇ ਹੀ ਅੱਗੇ ਮੌਲਾ, ਝੁਕਦੀ ਮੇਰੀ ਜਬੀਨ ਦੁਖੀਆਂ ਲਾਚਾਰਾਂ ਦਾ, ਦੁਖੀਆਂ ਲਾਚਾਰਾਂ ਦਾ ਕੱਲਾ ਹੀ ਆਸਰਾ ਏ, ਮੁਸ਼ਕਲ ਕੁਸ਼ਾ ਖੁਦਾਏ, ਹਾਜਤ ਰਵਾ ਖੁਦਾਏ, ਨਹਨੁ ਅਕਰਬ ਇਲੈਹੀ ਮਿਨ ਹਬਲਿਲ ਵਰੀਦੇ, ਨਹਨੁ ਅਕਰਬ ਇਲੈਹੀ ਮਿਨ ਹਬਲਿਲ ਵਰੀਦੇ, ਹਾਲੇ ਵੀ ਲੱਭਦਾ ਸੀ ਬੰਦਾ ਬੜਾ ਅਜੀਬੇ, ਬਲਾ ਦਸ ਖਾਂ ਇਸ ਰੱਬ ਦੀ, ਬਲਾ ਦਸ ਖਾਂ ਇਸ ਰੱਬ ਦੀ, ਕਿਹੜਾ ਤੇਰੇ ਕਰੀਬੇ, ਰੇਤਾਂ ਤੇ ਟੁਰਦੀ ਕੀੜੀ, ਰੇਤਾਂ ਤੇ ਟੁਰਦੀ ਕੀੜੀ ਦੇ ਠੁਮਕੇ ਸੁਣ ਰਿਹਾ, ਮੁਸ਼ਕਲ ਕੁਸ਼ਾ ਖੁਦਾਏ, ਹਾਜਤ ਰਵਾ ਖੁਦਾਏ, ਮੁਸ਼ਕਲ ਕੁਸ਼ਾ ਖੁਦਾਏ, ਹਾਜਤ ਰਵਾ ਖੁਦਾਏ, ਔਰ ਸਾਜਿਦ ਬਸ਼ੀਰ ਅਜ਼ੀਜ਼ੀ ਮਸਜੂਦ ਇੱਕ ਖੁਦਾਏ, ਸਾਜਿਦ ਬਸ਼ੀਰ ਅਜ਼ੀਜ਼ੀ ਮਸਜੂਦ ਇੱਕ ਖੁਦਾਏ, ਆਬਿਦ ਹੈ ਸਾਰੀ ਦੁਨੀਆ, ਆਬਿਦ ਹੈ ਸਾਰੀ ਦੁਨੀਆ, ਮਾਬੂਦ ਇੱਕ ਖੁਦਾਏ, ਤਾਲਿਬ ਹੈ ਜਹਾਨ ਸਾਰਾ, ਤਾਲਿਬ ਜਹਾਨ ਸਾਰਾ, ਮਤਲੂਬ ਇੱਕ ਖੁਦਾਏ, ਮੰਗਦੇ ਫਕੀਰ ਸਾਰੇ, ਮੰਗਦੇ ਫਕੀਰ ਸਾਰੇ, ਕੱਲਾ ਹੀ ਬਾਦਸ਼ਾਹ ਏ, ਮੰਗਦੇ ਫਕੀਰ ਸਾਰੇ, ਮੰਗਦੇ ਵਹਾਬੀ ਸਾਰੇ, ਮੰਗਦੇ ਨੇ ਦਿਓਬੰਦੀ ਸਾਰੇ, ਕੱਲਾ ਹੀ ਬਾਦਸ਼ਾਹ ਏ, ਮੁਸ਼ਕਲ ਕੁਸ਼ਾ ਖੁਦਾਏ, ਹਾਜਤ ਰਵਾ, ਹਮਦੋ ਸਨਾ ਤਮਾਮ ਮੁਅੱਤਰ ਮੁਤਹਰ ਕਲਮਾਤ ਉਸ ਅੱਲਾ ਵਾਹਦਾਹੁ, ਤਵੱਜੋ ਮੇਰੇ ਲਾ ਸ਼ਰੀਕ ਦੀ ਅਕੇਲੀ ਜ਼ਾਤੇ ਆਲਾ ਉਬਾਲਾ ਵਾਸਤੇ, ਜਿਸ ਜ਼ਾਤ ਨੇ ਫਜ਼ਲੋ ਕਰਮ ਫਰਮਾਇਆ ਤੁਹਾਨੂੰ ਤੇ ਮੈਨੂੰ ਰਮਜ਼ਾਨੁਲ ਮੁਬਾਰਕ ਦੇ ਆਖਰੀ ਅਸ਼ਰੇ ਦਾ ਆਖਰੀ ਜੁਮਾ ਪੜ੍ਹਨਾ ਨਸੀਬ ਫਰਮਾਇਆ, ਸਾਰੀ ਕਾਇਨਾਤ ਦੇ ਇਨਸਾਨਾਂ ਪਰਿੰਦਿਆਂ ਜਰਿੰਦਿਆਂ ਨੂੰ ਬਣਾਉਣ ਵਾਲੇ ਰੱਬ ਦੇ ਅੱਗੇ ਦੁਆ ਕਰਦਾ ਕਿ ਅੱਲਾ ਇਸ ਜੁਮੇ ਨੂੰ ਸਾਡੇ ਵਾਸਤੇ ਜ਼ਰੀਆ ਨਜਾਤ ਬਣਾ, ਅੱਲਾ ਇਸ ਜੁਮੇ ਨੂੰ ਸਾਡੇ ਵਾਸਤੇ ਜੰਨਤੁਲ ਫਿਰਦੌਸ ਜਾਣੇ ਦਾ ਸਬਬ ਬਣਾ, ਅੱਲਾ ਇਸ ਜੁਮੇ ਦੀ ਬਰਕਤ ਦੇ ਨਾਲ ਅੱਲਾ ਸਾਨੂੰ ਆਪਣਾ ਦੀਦਾਰ ਨਸੀਬ ਫਰਮਾ,
درود و سلام پیغمبر کائنات دے لال جناب محمد رسول اللہ صلی اللہ علیہ وآلہ وسلم دی ذات اعلی و بالا واسطے بخشش و مغفرت دیاں دعاواں صحابہ کرام واسطے تابعین واسطے تبع تابعین واسطے خصوص بالخصوص دعا کرو میرے والد ਅਸੀਂ ਇਸ ਮਸਜਿਦ ਦੇ ਅੰਦਰ ਬੈਠੇ ਹਾਂ ਮੇਰੀਆਂ ਮਾਵਾਂ ਅਤੇ ਭੈਣਾਂ ਨਮਾਜ਼ੀ ਜੁਮਾ ਅਦਾ ਕਰਨ ਵਾਸਤੇ ਹਾਂ ਰਮਜ਼ਾਨੁਲ ਮੁਬਾਰਕ ਦੇ ਆਖਰੀ ਅਸ਼ਰੇ ਦਾ ਆਖਰੀ ਜੁਮਾ ਹੈ ਅੱਲਾਹ ਇਸ ਜੁਮੇ ਦੀ ਬਰਕਤ ਨਾਲ ਰਮਜ਼ਾਨ ਦੇ ਆਖਰੀ ਅਸ਼ਰੇ ਦੀ ਬਰਕਤ ਦੇ ਨਾਲ ਸਾਡੇ ਚੋਂ ਅਗਰ ਕਿਸੇ ਦੀ ਵਾਲਦ ਵਾਲਦਾ ਇੱਕ ਜਾਂ ਦੋਵੇਂ ਦੁਨੀਆਂ ਤੋਂ ਟੁਰ ਗਏ ਨੇ ਮੇਰਾ ਅੱਲਾਹ ਸਾਡੇ ਮਾਂ ਬਾਪ ਦੀ ਕਾਮਿਲ ਬਖਸ਼ਿਸ਼ ਫਰਮਾਏ ਮੇਰਾ ਅੱਲਾ ਸਾਡੇ ਮਾਂ ਬਾਪ ਦੀਆਂ ਕਬਰਾਂ ਤੇ ਕਰੋੜਾਂ ਰਹਿਮਤਾਂ ਦਾ ਨਜ਼ੂਲ ਫਰਮਾਏ ਹਜ਼ਰਤ ਬੜੀ ਕਾਬਲੇ ਗੌਰ ਬਾਤ ਕਰਨ ਲੱਗਾ ਚੰਦ ਜੁਮਲੇ ਮੈਂ ਬੋਲਣ ਲੱਗਾ ਦੁਆ ਕਰੋ ਕਿ ਅੱਲਾ ਸਾਨੂੰ ਇਹਨਾਂ ਜੁਮਲਿਆਂ ਦੀ ਸਮਝ ਨਸੀਬ ਫਰਮਾ ਦੇ ਹਜ਼ਰਤ ਮੁਹਤਰਮ ਯਕੀਨ ਮੰਨੋ ਕਿ ਅੱਲਾ ਰੱਬੁਲ ਆਲਮੀਨ ਦੀ ਇਹ ਬੜੀ ਵੱਡੀ ਤੁਹਾਡੇ ਤੇ ਮੇਰੇ ਤੇ ਮਿਹਰਬਾਨੀ ਜਿਤਨੇ ਵੀ ਅੱਜ ਪੂਰੀ ਰੂਏ ਜ਼ਮੀਨ ਤੇ ਮਸਾਜਿਦ ਦੇ ਅੰਦਰ ਜੁਮਾ ਅਦਾ ਕਰਨਗੇ ਅੱਲਾ ਸਭ ਮੁਸਲਮਾਨਾਂ ਨੂੰ ਜੁਮਾ ਅਦਾ ਕਰਨੇ ਦੀ ਤੌਫੀਕ ਅਤਾ ਫਰਮਾਏ ਅੱਲਾ ਦੀ ਕਸਮ ਇਹਦੇ ਵਿੱਚ ਕੋਈ ਮੁਬਾਲਗਾ ਰਹੀ ਨਹੀਂ ਇਹਦੇ ਅੰਦਰ ਜਿਹੜੀ ਮੈਂ ਗੱਲ ਕਰਨ ਲੱਗਾ ਕੋਈ ਖੁਸ਼ਾਮਦ ਨਹੀਂ ਔਰ ਨਾ ਹੀ ਮੈਂ ਆਪਣੇ ਕੋਲੋਂ ਗੱਲ ਕਰਨ ਲੱਗਾ ਜੇ ਯਕੀਨ ਮੰਨੋ ਰੱਬ ਦੀ ਜ਼ਾਤ ਸਾਡੇ ਬੜੀ ਕਰੀਬ ਅੱਲਾ ਰੱਬੁਲ ਆਲਮੀਨ ਅਸੀਂ ਇੱਕ ਜੁਮਲਾ ਬੋਲੀਦਾ ਕਿ ਸਾਨੂੰ ਪਤਾ ਨਹੀਂ ਕਾਹਦੀਆਂ ਸਜ਼ਾਵਾਂ ਮਿਲਦੀਆਂ ਰੱਬ ਸਾਡੀਆਂ ਸੁਣਦਾ ਨਹੀਂ ਤੇ ਮੈਂ ਇਸ ਜਵਾਬ ਦੇ ਅੰਦਰ ਇੱਕ ਜੁਮਲਾ ਬੋਲਦਾ ਕਿ ਜਿਹੜਾ ਰੱਬ ਸਾਰੀ ਕਾਇਨਾਤ ਨੂੰ ਬਣਾਉਣ ਵਾਲਾ ਨਾ ਅੱਲਾ ਦੀ ਕਸਮ ਮੈਂ ਉਸ ਰੱਬ ਨੂੰ ਰੱਬ ਹੀ ਨਹੀਂ ਮੰਨਦਾ ਜਿਹੜਾ ਰੱਬ ਸਾਡੀਆਂ ਫਰਿਆਦਾਂ ਨਹੀਂ ਸੁਣਦਾ ਅਸੀਂ ਅੱਲਾ ਤੋਂ ਦੂਰ ਹਾਂ ਰੱਬ ਸਾਡੇ ਤੋਂ ਦੂਰ ਰੱਬ ਸਾਡੇ ਤੋਂ ਦੂਰ ਅੱਲਾ ਸਾਡੇ ਤੋਂ ਦੂਰ ਨਹੀਂ ਜੇ ਔਰ ਇਹ ਅੱਲਾ ਦੀ ਮਿਹਰਬਾਨੀ ਜੇ ਅੱਲਾ ਦੀ ਜ਼ਾਤ ਨੇ ਤੁਹਾਨੂੰ ਤੇ ਮੈਨੂੰ ਅਗਰ ਅੱਜ ਇਸ ਮਸਜਿਦ ਦੇ ਅੰਦਰ ਆਉਣ ਦੀ ਤੌਫੀਕ ਅਤਾ ਫਰਮਾਈ ਹੈ ਤੇ ਮੇਰਾ ਅੱਲਾ ਚਾਹੁੰਦਾ ਜੇ ਕਿ ਇਹਨਾਂ ਬੰਦਿਆਂ ਨੂੰ ਇਹ ਮੇਰੀ ਬਾਰਗਾਹ ਦੇ ਅੰਦਰ ਆਉਣ ਅੱਲਾ ਚਾਹੁੰਦੇ ਨੇ ਕਿ ਇਹ ਮੇਰੇ ਕੋਲੋਂ ਮੰਗਦੇ ਜਾਣ ਤੇ ਮੈਂ ਰੱਬ ਅਤਾ ਕਰਦਾ ਜਾਵਾਂ ਮੈਂ ਰੱਬ ਅਤਾ ਕਰਾਂ ਅੱਜ ਜਿੰਨੇ ਵੀ ਲਮਹੇ ਅਸੀਂ ਇਸ ਮਸਜਿਦ ਦੇ ਅੰਦਰ ਗੁਜ਼ਾਰਨੇ ਆ ਅੱਲਾ ਦੇ ਅੱਗੇ ਦੁਆ ਕਰੋ ਅਸੀਂ ਦੁਨੀਆਦਾਰਾਂ ਦੇ ਕੋਲ ਜਾਈਦਾ ਚੱਲ ਕੇ ਕਿਸੇ ਦਾ ਅਜ਼ੀਜ਼ ਅਮੀਰ ਹੋਵੇ ਸਿੱਧੂਪੁਰੇ 'ਚ ਰਹਿਣ ਵਾਲਾ ਹੈ ਤੇ ਉਹਨੂੰ ਗੁਲਾਮਾਬਾਦ ਜਾਣ ਦੀ ਲੋੜ ਪੈਂਦੀ ਕਿਸੇ ਦਾ ਅਜ਼ੀਜ਼ ਜਨਾਬ ਛਿਆਟ ਧਾਂਦਰੇ ਦੇ ਅੰਦਰ ਰਹਿੰਦਾ ਉਹਨੂੰ ਉੱਥੇ ਜਾਣਾ ਪੈਂਦਾ ਕਿਸੇ ਦਾ ਅਜ਼ੀਜ਼ ਕਿਸੇ ਹੋਰ ਫੈਸਲਾਬਾਦ ਦੇ ਕੋਨੇ 'ਚ ਰਹਿੰਦਾ ਤਗੜਾ ਤੇ ਮਾੜਾ ਬੰਦਾ ਤਗੜੇ ਕੋਲ ਆਪਣੀਆਂ ਪਰੇਸ਼ਾਨੀਆਂ ਬਿਆਨ ਕਰਨ ਜਾਂਦਾ ਜੇ ਤੇ ਮੇਰਾ ਅੱਲਾ ਰੱਬੁਲ ਆਲਮੀਨ ਕਿੱਡਾ ਰਹੀਮ ਰੱਬ ਏ ਮੇਰੇ ਰੱਬੁਲ ਆਲਮੀਨ ਨੇ ਫਰਮਾਇਆ ਵਨਹਨੁ ਅਕਰਬੁ ਇਲੈਹਿ ਮਿਨ ਹਬਲਿਲ ਵਰੀਦ ਮੈਂ ਰੱਬ ਤੁਹਾਡੀ ਸ਼ਾਹ ਰਗ ਤੋਂ ਵੀ ਕਰੀਬ ਆ ਮੇਰੇ ਕੋਲੋਂ ਮੰਗਦੇ ਜਾਓ ਮੈਂ ਰੱਬ ਅਤਾ ਫਰਮਾਉਂਦਾ ਜਾ ਇਹ ਮੇਰਾ ਅੱਜ ਆਪਣੇ ਰੱਬ ਦੇ ਨਾਲ ਅੱਜ ਆਪਣੇ ਅੱਲਾ ਦੇ ਕੋਲੋਂ ਮਾਫੀ ਮੰਗ ਲਓ ਅੱਜ ਅੱਲਾ ਦੇ ਕਰੀਬ ਆ ਜਾਓ ਅਸੀਂ ਕਹੀਦਾ ਰੱਬ ਸਾਡੇ ਤੋਂ ਦੂਰ ਹੈ
ਅਸੀਂ ਸੋਚੀਦਾ ਪਤਾ ਨਹੀਂ ਰੱਬ ਸਾਡੀਆਂ ਸੁਣਦਾ ਨਹੀਂ। ਉਹ ਮੇਰੇ ਵੀਰਾ, ਰੱਬ ਸਾਰਿਆਂ ਦੀਆਂ ਸੁਣਦਾ ਹੈ, ਤੈਨੂੰ ਤੇ ਮੈਨੂੰ ਸੁਣਾਉਣ ਦਾ ਵੱਲ ਨਹੀਂ। ਜਿਨ੍ਹਾਂ ਨੇ ਰੱਬ ਨੂੰ ਯਾਦ ਕੀਤਾ, ਰੱਬ ਨੂੰ ਸੁਣਾਈਆਂ, ਮੇਰੇ ਅੱਲਾ ਨੇ ਉਹਨਾਂ ਦੀਆਂ ਮੱਤਾਂ ਫਰਮਾਈਆਂ। ਔਰ ਮੇਰਾ ਅੱਲਾ ਇਤਨਾ ਰਹੀਮੋ ਕਰੀਮ ਹੈ ਕਿ ਮੇਰੇ ਰੱਬ ਕੋਲ ਜਦੋਂ ਬੰਦਾ ਮੰਗਦਾ ਹੈ, ਮੇਰਾ ਰੱਬ ਬੰਦਾ ਮੰਗੇ ਦਿਲੋਂ ਕੇ, ਬੰਦਾ ਮੰਗੇ ਸੱਚੇ ਦਿਲੋਂ ਤੇ ਉਹ ਰੱਬ ਰੱਬ ਹੀ ਨਹੀਂ ਜਿਹੜਾ ਰੱਬ ਅਤਾ ਕਰਦਾ। ਆਓ ਜ਼ਰਾ ਗੌਰ ਕਰਨਾ ਕਿ ਤੁਹਾਨੂੰ ਤੇ ਮੈਨੂੰ ਅੱਲਾ ਨੇ ਕਲਮਾ ਤਯਬਾ ਨਸੀਬ ਫਰਮਾਇਆ, ਮੁਸਲਮਾਨਾਂ ਦੇ ਘਰ ਦੇ ਅੰਦਰ ਪੈਦਾ ਫਰਮਾਇਆ। ਅੱਲਾ ਸਾਨੂੰ ਕਬੀਰਾ ਸਗੀਰਾ ਛੋਟੇ ਵੱਡੇ ਗੁਨਾਹਾਂ ਤੋਂ ਅੱਲਾ ਬਚਨੇ ਦੀ ਤੌਫੀਕ ਅਤਾ ਫਰਮਾਏ। ਹਜ਼ਰਤ ਮੁਹਤਰਮ, ਹਜ਼ਰਤ ਉਮਰ ਫਾਰੂਕ ਰਜ਼ੀ ਅੱਲਾਹ ਹੋ, ਤਵੱਜੋ ਮੇਰੇ ਵੱਲ ਰੱਖੋ, ਹਜ਼ਰਤ ਉਮਰ ਫਾਰੂਕ ਰਜ਼ੀ ਅੱਲਾਹ ਹੋ ਤਾਲਾ ਅਲਹੋ, ਮੇਰੇ ਨਬੀ ਅਲੀ ਸਲਾਮ ਦੇ ਬੜੀ ਤਵੱਜੋ ਦੇ ਨਾਲ ਗੱਲਾਂ ਨੂੰ ਸੁਣਨਾ ਹੈ ਔਰ ਦੁਆ ਕਰਨੀ ਹੈ ਕਿ ਅੱਲਾ ਅਮਲ ਦੀ ਤੌਫੀਕ ਅਤਾ ਫਰਮਾਏ। ਹਜ਼ਰਤ ਉਮਰ ਫਾਰੂਕ ਰਜ਼ੀ ਅੱਲਾਹ ਤਾਲਾ ਅਲਹੋ ਦਾ ਦੌਰ ਹੈ, ਹੁਣ ਤੇ ਸਾਡੇ ਹੁਕਮਰਾਨ ਖੁਦ ਅੱਲਾ ਤਾਲਾ ਮਹਿਫੂਜ਼ ਫਰਮਾਏ, ਉਹਨਾਂ ਨੂੰ ਵੀ ਗੁਨਾਹਾਂ ਤੋਂ ਅੱਲਾ ਨੇਕ ਹੁਕਮਰਾਨ ਅਤਾ ਫਰਮਾਏ। ਸਾਡੇ ਹੁਕਮਰਾਨਾਂ ਨੂੰ ਪਤਾ ਹੀ ਨਹੀਂ ਹੁਕਮਰਾਨੀ ਕੀ ਹੈ ਜਾਂ ਹੁਕਮਰਾਨੀ ਕਰਨੀ ਕਿਵੇਂ ਆ, ਕਿ ਦੀਨੇ ਇਸਲਾਮ ਤੋਂ ਬਾਹਰ ਨਹੀਂ ਜਾਣਾ। ਹਜ਼ਰਤ ਉਮਰ ਫਾਰੂਕ ਦਾ ਦੌਰ ਹੈ, ਆਪ ਇੱਕ ਦਿਨ ਬਾਜ਼ਾਰ ਦੇ ਅੰਦਰ ਨਿਕਲੇ, ਬਾਜ਼ਾਰ ਦੇ ਅੰਦਰ ਜਾਂਦੇ ਪਏ ਨੇ ਤੇ ਆਪ ਦੀ ਨਜ਼ਰ ਅਚਾਨਕ ਇੱਕ ਬੰਦੇ ਤੇ ਪੈ ਗਈ। ਜਦੋਂ ਬੰਦੇ ਤੇ ਨਜ਼ਰ ਪਈ, ਜ਼ਰਾ ਤਵੱਜੋ ਕਰਨੀ ਹੈ, ਉਹ ਬੰਦਾ ਸ਼ਰਾਬੀ ਬੰਦਾ ਕੌਣ ਹੈ? ਦੁਆ ਕਰੋ ਅੱਲਾ ਸਾਨੂੰ ਇਸ ਲਾਨਤ ਤੋਂ ਮਹਿਫੂਜ਼ ਫਰਮਾਏ। ਬੰਦਾ ਸ਼ਰਾਬੀ, ਸ਼ਰਾਬ ਪੀਤੀ ਵੀ ਹੈ ਤੇ ਬੁੱਕਲ ਦੇ ਵਿੱਚ ਸ਼ਰਾਬ ਲਈ ਵੀ। ਤੁਸੀਂ ਇਹ ਦੇਖੋ ਸ਼ਰਾਬ ਵਾਲਾ ਅਮਲ ਕਿਤਨਾ ਬੜਾ ਹਰਾਮ ਅਮਲ ਹੈ। ਅੱਲਾ ਨੇ ਕੁਰਾਨੇ ਮਜੀਦ ਦੇ ਅੰਦਰ ਬਿਆਨ ਫਰਮਾਇਆ ਕਿ ਸ਼ਰਾਬ ਪੀਣਾ ਬਹੁਤ ਵੱਡਾ ਜੁਰਮ ਹੈ, ਬੜਾ ਵੱਡਾ ਗੁਨਾਹ ਹੈ। ਤੇ ਜ਼ਰਾ ਗੌਰ ਕਰਨਾ ਕਿ ਜਿਹੜਾ ਬੰਦਾ ਸ਼ਰਾਬ ਪੀਣ ਵਾਲਾ ਹੈ, ਅਗਰ ਇੱਕ ਸ਼ਰਾਬੀ ਬੰਦਾ ਰੱਬ ਕੋਲੋਂ ਮਾਫੀ ਮੰਗੇ, ਰੱਬ ਉਹਨੂੰ ਮਾਫ ਕਰ ਦਿੰਦਾ ਹੈ, ਤੇ ਸਾਨੂੰ ਅੱਜ ਰੱਬ ਦੇ ਘਰ ਚ ਆਏ ਬੈਠੇ ਹਾਂ, ਰੱਬ ਤੇ ਬਾਜ਼ਾਰ ਜਾਣ ਵਾਲੇ ਸ਼ਰਾਬੀ ਨੂੰ ਮਾਫ ਕਰ ਦਿੰਦਾ ਹੈ, ਤੇ ਜਿਹੜਾ ਰੱਬ ਦੇ ਘਰ ਚ ਆਵੇ, ਮੇਰਾ ਰੱਬ ਉਹਨੂੰ ਕਿਉਂ ਨਹੀਂ ਮਾਫ ਕਰ? ਮੇਰਾ ਅੱਲਾ ਤੇ ਚਾਹੁੰਦਾ ਹੈ ਤੁਸੀਂ ਮਾਫੀ ਮੰਗੋ। ਆਓ ਜ਼ਰਾ ਗੌਰ ਕਰਨਾ, ਆਓ ਮੁਸਲਮਾਨੋ ਜ਼ਰਾ ਗੌਰ ਕਰਦੇ ਜਾਣਾ, ਮੇਰੇ ਇਮਾਮੁਲ ਅੰਬੀਆ ਨੂੰ ਮੰਨਣ ਵਾਲੇ, ਮੇਰੇ ਇਮਾਮੁਲ ਅੰਬੀਆ ਦੇ ਜਾਨ ਨਿਸਾਰ ਹਜ਼ਰਤ ਉਮਰ ਫਾਰੂਕ ਰਜ਼ੀ ਅੱਲਾਹ ਰਜ਼ੀ ਅੱਲਾਹ ਤਾਲਾ ਅਨਹੋ। ਆਓ ਜ਼ਰਾ ਗੌਰ ਕਰਦੇ ਜਾਣਾ, ਇੱਕ ਦਿਨ ਬਾਜ਼ਾਰ ਦੇ ਅੰਦਰ ਜਾ ਰਹੇ ਨੇ, ਚਲਦਿਆਂ ਚਲਦਿਆਂ ਬਾਜ਼ਾਰ ਦੇ ਅੰਦਰ ਆਪ ਦੀ ਨਜ਼ਰ ਇੱਕ ਬੰਦੇ ਤੇ ਪੈ ਗਈ। ਇਹ ਬੰਦੇ ਨੇ ਸ਼ਰਾਬ ਪੀਤੀ ਵੀ ਹੈ, ਇਹ ਬੰਦੇ ਨੇ ਸ਼ਰਾਬ ਪੀ ਵੀ ਰੱਖੀ ਹੈ। ਸ਼ਰਾਬ ਪੀਣ ਤੋਂ ਬਾਅਦ ਇਹਨੇ ਇੱਕ ਸ਼ਰਾਬ ਦੀ ਬੋਤਲ ਇਹਨਾਂ ਇਹ ਪੁਕਲੇ ਮਾਰ ਕੇ ਲਈ ਜਾਂਦਾ ਹੈ, ਬਗਲ ਦੇ ਅੰਦਰ ਸ਼ਰਾਬ ਇਹਨਾਂ। ਆਜ ਦਿਆ ਮੁਸਲਮਾਨਾ, ਅਗਰ ਅੱਜ ਅੱਲਾ ਨੇ ਤੈਨੂੰ ਤੇ ਮੈਨੂੰ ਸ਼ਰਾਬ ਜੈਸੀ ਲਾਨਤ ਤੋਂ ਮਹਿਫੂਜ਼ ਫਰਮਾਇਆ ਏ, ਤੇ ਅੱਲਾ ਦਾ ਸ਼ੁਕਰ ਅਦਾ ਕਰ ਲੈ, ਤੇ ਅੱਜ ਅੱਲਾ ਦੇ ਕਰੀਬ ਆ ਜਾ। ਮੇਰੇ ਅੱਲਾ ਦੇ ਕੁਰਾਨ ਨੇ ਗਵਾਹੀਆਂ ਦਿੱਤੀਆਂ ਨੇ, ਆ ਮੇਰੇ ਵੀਰਾ ਅੱਜ ਦਾ ਆਖਰੀ ਰਮਜ਼ਾਨ ਦਾ ਜੁਮਾ ਜਾਂਦਾ ਪਿਆ ਈ, ਇਹਨਾਂ ਘੜੀਆਂ ਨੂੰ ਗਨੀਮਤ ਸਮਝ ਕੇ ਅੱਲਾ ਦੇ ਕਰੀਬ ਆ ਜਾ। ਅੱਲਾ ਰੱਬੁਲ ਆਲਮੀਨ ਦਾ ਕੁਰਾਨ ਤੇ ਦਵਾਈਆਂ ਪਿਆ ਦੇਂਦਾ ਏ, ਅੱਲਾ ਦਾ ਕੁਰਾਨ ਤੇ ਤੈਨੂੰ ਤੇ ਮੈਨੂੰ ਪੁਕਾਰਾਂ ਪਿਆ ਦੇਂਦਾ ਏ। ਫਰਮਾਇਆ ਵਾਈਦਾ ਸਾਲਾਕਾ ਵਾਈਦਾ ਸਾਲਾਕਾ ਇਬਾਦੀ ਅਨੀ ਫ
ਇਨੀ ਕਰੀਬ ਆ ਮੁਸਲਮਾਨਾ ਅੱਲਾ ਤੇ ਜਾਂਦੇ ਨੇ ਉਹ ਸਿੱਧੂਪੁਰੇ ਦੇ ਆ ਰਹਿਣ ਵਾਲੇ ਆ ਮੁਸਲਮਾਨਾ ਮੈਂ ਰੱਬ ਦੇ ਕੋਲੋਂ ਸਵਾਲ ਕਰਨ ਵਾਲਾ ਬਣ ਜਾ ਮੈਂ ਅੱਲਾ ਦੇ ਕੋਲੋਂ ਸਵਾਲ ਕਰਨ ਵਾਲਾ ਬਣ ਜਾ ਮੈਂ ਰੱਬ ਦੇ ਸਵਾਲੀ ਬਣ ਜਾ ਮੇਰੀ ਬਾਰਗਾਹ ਦੇ ਅੰਦਰ ਆ ਜਾ ਆ ਕਰਕੇ ਮੇਰੇ ਕੋਲੋਂ ਸਵਾਲ ਕਰ ਲੈ ਮੇਰੇ ਕੋਲੋਂ ਫਰਿਆਦ ਕਰ ਲੈ ਮੈਂ ਰੱਬ ਤੇਰੀਆਂ ਫਰਿਆਦਾਂ ਨੂੰ ਸੁਣਨ ਵਾਲਾ ਮੈਂ ਰੱਬ ਤੇਰੀਆਂ ਫਰਿਆਦਾਂ ਨੂੰ ਅਤਾ ਕਰਨ ਵਾਲਾ ਵਾਹੀਦਾ ਸਾਲਾਕਾ ਇਬਾਦੀ ਅੰਨੀ ਫਾਇਨੀ ਕਰੀਬ ਅੱਗੇ ਅੱਲਾ ਰੱਬੁਲ ਆਲਮੀਨ ਨੇ ਫਰਮਾਇਆ ਓ ਜੀ ਬੁਦਾਵਤ ਦਾਈ ਦਾਦਾਨ ਓ ਮੁਸਲਮਾਨਾ ਕਿਹੜੀਆਂ ਫੁੱਲਾਂ ਦੇ ਅੰਦਰ ਟੁਰਿਆ ਫਿਰਦਾ ਏ ਉਹ ਕਿਉਂ ਕਮਲੀਆਂ ਪਿਆ ਮਾਰਦਾ ਏ ਦੁਨੀਆਂ ਦੇ ਮਾਲ ਨੇ ਤੈਨੂੰ ਇੰਨਾ ਮਗਨ ਕਰ ਦਿੱਤਾ ਰਮਜ਼ਾਨ ਉਲ ਮੁਬਾਰਕ ਗੁਜ਼ਰਦਾ ਜਾ ਰਿਹਾ ਏ ਆਖਰੀ ਅਸ਼ਰਾ ਵੀ ਆ ਗਿਆ ਅੱਜ ਨਾਬੇ ਵਾਲਾ ਆਖਰੀ ਜੁਮਾ ਵੀ ਆ ਗਿਆ ਤੂੰ ਅੱਲਾ ਦੇ ਕਰੀਬ ਨਾ ਆਇਆ ਤੂੰ ਦੁਨੀਆਂ ਦੀਆਂ ਦੌਲਤਾਂ ਨੂੰ ਆਪਣੇ ਕਰੀਬ ਕਰ ਲਿਆ ਦੌਲਤਾਂ ਦੇ ਕਰੀਬ ਚਲਾ ਗਿਆ ਮਗਰ ਤੇਰੇ ਦਿਲ ਦੇ ਅੰਦਰ ਇਹ ਖਿਆਲ ਨਾ ਆਇਆ ਕਿ ਮੈਂ ਇਸ ਦਿਗ ਦਿਨ ਦੁਨੀਆਂ ਤੋਂ ਟੁਰ ਜਾਣਾ ਮੇਰੀਆਂ ਮੁਲਾਕਾਤਾਂ ਕਬਰ ਦੇ ਅੰਦਰ ਰੱਬ ਦੇ ਨਾਲ ਹੋਣਗੀਆਂ ਮੇਰੇ ਕੋਲੋਂ ਫਰਿਸ਼ਤੇ ਸਵਾਲ ਕਰਨਗੇ ਮਨ ਰੱਬੋ ਕਾ ਅਗਰ ਅੱਜ ਦੁਨੀਆਂ ਤੇ ਤੂੰ ਤੇ ਮੈਂ ਮੁਹੱਬਤਾਂ ਪਿਆਰ ਮਾਲ ਨਾਲ ਕੀਤਾ ਉੱਥੇ ਜਨਾਬੇ ਵਾਲਾ ਮਨ ਰੱਬੋ ਜਦੋਂ ਸਵਾਲ ਕੀਤਾ ਜਾਏਗਾ ਤੇਰੇ ਤੇ ਮੇਰੇ ਮੂੰਹ ਚੋਂ ਰੱਬੀ ਅੱਲਾ ਨਹੀਂ ਨਿਕਲੇਗਾ ਤੇਰੇ ਤੇ ਮੇਰੇ ਮੂੰਹ ਦੇ ਵਿੱਚੋਂ ਅਗਰ ਨਿਕਲੇਗਾ ਤੇ ਮਾਲ ਦੀਆਂ ਗੱਲਾਂ ਨਿਕਲਣਗੀਆਂ ਮਾਲ ਦੀਆਂ ਮੁਹੱਬਤਾਂ ਨਿਕਲਣਗੀਆਂ ਨਾ ਨਾ ਮੇਰੇ ਵੀਰਾਜ ਪਲਟ ਕੇ ਆ ਜਾ ਉਹ ਜੀ ਬੁਲਾਵਤ ਦਾਈ ਦਾਦਾਨ ਮੇਰਾ ਅੱਲਾ ਤੈਨੂੰ ਤੇ ਮੈਨੂੰ ਐਲਾਨ ਪਿਆ ਕਰਦਾ ਏ ਉਹ ਮੇਰੇ ਆ ਬੰਦਿਆ ਮੇਰੇ ਕਰੀਬ ਆ ਜਾ ਆਜਾ ਵਨਹਨੁ ਅਕਰਬੁ ਇਲੈਹਿ ਮਿਨ ਹਬਲਿਲ ਬਰੀਦ ਮੈਂ ਅੱਲਾ ਤੇ ਤੇਰੀ ਸ਼ਾਰਗ ਨਾਲੋਂ ਵੀ ਕਰੀਬ ਆ ਬੰਦਿਆ ਤੂੰ ਹੀ ਮੇਰੇ ਦਰਬਾਰ ਚੋਂ ਦੂਰ ਚਲਾ ਜਾਣਾ ਏ ਉਹ ਬੰਦਿਆ ਤੂੰ ਹੀ ਮੇਰਾ ਦਰ ਛੱਡ ਕੇ ਚਲਾ ਜਾਣਾ ਏ ਆ ਵੇਖਣਾ ਜਿਹੜਾ ਮੇਰੇ ਅੱਲਾ ਦੀ ਬਾਰਗਾਹ ਦੇ ਅੰਦਰ ਆ ਜਾਏ ਮੇਰੇ ਅੱਲਾ ਦੀ ਕੋਲੋਂ ਆ ਕੇ ਸੱਚੀ ਤੌਬਾ ਕਰ ਲਵੇ ਵੇਖਣਾ ਮੇਰਾ ਅੱਲਾ ਨੂੰ ਕਿਵੇਂ ਮਾਫ਼ ਪਿਆ ਕਰਦਾ ਏ ਹਜ਼ਰਤ ਉਮਰੇ ਫਾਰੂਕ ਜਨੋ ਜਨਾ ਬੇਵਾਲਾ ਚਲਦਿਆਂ ਚਲਦਿਆਂ ਬਾਜ਼ਾਰ ਦੇ ਅੰਦਰ ਸ਼ਰਾਬੀ ਤੇ ਨਜ਼ਰਾਂ ਪਈਆਂ ਅੱਜ ਦੇ ਆ ਨੌਜਵਾਨਾਂ ਅਗਰ ਗੁਨਾਹ ਸਰਜ਼ਦ ਕਰ ਲੈ ਨੀ ਅੱਜ ਇਸ ਜੁਮੇ ਦੇ ਅੰਦਰ ਅੱਲਾ ਦੀ ਬਾਰਗਾਹ ਦੇ ਅੰਦਰ ਅਰਜ਼ੋ ਮਰੋਜ਼ ਕਰ ਲੈ ਅੱਲਾ ਦੀ ਬਾਰਗਾਹ ਦੇ ਅੰਦਰ ਅਰਜ਼ੋ ਮਰੋਜ਼ ਕਰ ਲੈ ਅੱਲਾ ਸੋਹਣਿਆ ਅਸੀਂ ਬੜੇ ਖਤਾਕਾਰਾਂ ਬੜੇ ਗੁਨਾਹਗਾਰਾਂ ਅੱਲਾ ਬਖਸ਼ਣ ਵਾਲੀ ਦਾਤ ਤੇਰੀ ਏ ਨਾ ਮੇਰਾ ਅੱਲਾ ਦੋਸਤਾ ਬੜਾ ਰਹੀਮੋ ਕਰੀਮੀ ਜਦੋਂ ਤੂੰ ਸੱਚੀ ਤੌਬਾ ਕਰੇਗਾ ਮੇਰਾ ਅੱਲਾ ਕਬੂਲ ਕਰੇਗਾ ਆਦਰਾ ਮੈਂ ਤੈਨੂੰ ਦੱਸਾਂ ਸੱਚੀ ਤੌਬਾ ਕਿਵੇਂ ਕਰਨੀ ਏ ਨਾ ਇਹ ਜਵਾਨ ਜਨਾਬੇ ਵਾਲਾ ਜਦੋਂ ਹਜ਼ਰਤ ਦੀ ਉਮਰ ਦੀਆਂ ਨਜ਼ਰਾਂ ਪਈਆਂ ਇਸ ਬੰਦੇ ਨੇ ਸ਼ਰਾਬੀ ਨੇ ਵੇਖ ਲਿਆ ਕਿ ਉਮਰ ਪਏ ਆਉਂਦੇ ਨੇ ਤੇ ਵਕਤ ਦਾ ਖਲੀਫਾ ਪਿਆ ਆਉਂਦਾ ਏ ਨਾ ਅਗਰ ਉਮਰ ਨੂੰ ਪਤਾ ਚੱਲ ਗਿਆ ਮੈਂ ਸ਼ਰਾਬ ਪੀਤੀ ਏ ਉਮਰ ਮੈਨੂੰ ਬੜਾ ਮਾਰੇਗਾ ਮੈਨੂੰ ਦੁਰੇ ਮਾਰੇਗਾ ਹਜ਼ਰਤ ਉਮਰ ਮੈਨੂੰ ਸਜ਼ਾ ਦੇਵੇਗਾ ਇਹ ਬੰਦੇ ਨੇ ਜਨਾਬ ਬਗਲ ਦੇ ਅੰਦਰ ਸ਼ਰਾਬ ਲੁਕਾਈ ਹੋਈ ਏ ਇਸ ਬੰਦੇ ਨੇ ਸ਼ਰਾਬ ਨੂੰ ਬਗਲ ਦੇ ਅੰਦਰ ਲਿਆ ਏ ਆਪਣੇ ਜਿਸਮ ਦੇ ਉੱਤੇ ਚਾਦਰ ਲਪੇਟੀ ਏ ਨਾ ਜਦੋਂ ਹਜ਼ਰਤ ਉਮਰ ਵੱਲ ਵੇਖਿਆ ਤੇ ਡਰ ਗਿਆ
ਲਿਆ ਤੇ ਜਨਾਬੇ ਵਾਲਾ ਨਜ਼ਰਾਂ ਦੇ ਨਾਲ ਉਮਰ ਨੂੰ ਪਿਆ ਵੇਂਦਾ ਏ ਆਪਣੇ ਦਿਲ ਦਾ ਰੁਖ ਅੱਲਾ ਵੱਲ ਕਰ ਲਿਆ ਆ ਮੁਸਲਮਾਨ ਆਇਆ ਜੇ ਆਪਣੇ ਤੇ ਆਪਣੇ ਦਿਲ ਦਾ ਰੁਖ ਅੱਲਾ ਵੱਲ ਕਰ ਲੈ ਅੱਜ ਜਿੰਨੇ ਵੀ ਗੁਨਾਹ ਕਰ ਲੈ ਨੀ ਅੱਲਾ ਦੀ ਬਾਰਗਾਹ ਦੇ ਅੰਦਰ ਆ ਜਾ ਵਾਇਦਾ ਸਾਲਕ ਇਬਾਦੀ ਅੰਨੀ ਫਾ ਇੰਨੀ ਕਰੀਬ ਅੱਲਾ ਦੇ ਦਰ ਦਾ ਸਵਾਲੀ ਬਣ ਜਾ ਅੱਲਾ ਦੀ ਬਾਰਗਾਹ 'ਚ ਇੰਜ ਅਰਜ਼ੋ ਮਰੋਜ਼ ਕਰ ਲੈ ਜਿਵੇਂ ਹਜ਼ਰਤ ਉਮਰੇ ਫਾਰੂਕ ਦੇ ਕੋਲੋਂ ਡਰ ਕੇ ਸ਼ਰਾਬੀ ਨੇ ਕੀਤੀ ਏ ਨਾ ਇਹ ਸ਼ਰਾਬੀ ਨੇ ਜਦੋਂ ਹਜ਼ਰਤ ਉਮਰ ਨੂੰ ਵੇਖਿਆ ਤੇ ਡਰ ਗਿਆ ਇਹ ਅੱਖਾਂ ਦਾ ਰੁੱਖ ਹਜ਼ਰਤ ਉਮਰ ਵੱਲ ਇਹਨੇ ਆਪਣੇ ਦਿਲ ਦਾ ਰੁੱਖ ਰੱਬ ਵੱਲ ਮੋੜ ਲਿਆ ਅੱਲਾ ਦੀ ਬਾਰਗਾਹ 'ਚ ਬਾਜ਼ਾਰ ਦੇ ਅੰਦਰ ਚੱਲਦਾ ਪਿਆ ਏ ਤੇ ਦਿਲ ਦੇ ਨਾਲ ਅੱਲਾ ਦੇ ਨਾਲ ਰਾਬਤਾ ਜੋੜ ਲਿਆ ਤੇ ਅੱਲਾ ਦੀ ਬਾਰਗਾਹ 'ਚ ਅਰਜ਼ ਕਰਦਾ ਏ ਸੋਹਣਿਆ ਰੱਬਾ ਉਹ ਨੀਵੀਂ ਛੱਤ ਦੇ ਆ ਮਾਲਿਕਾ ਸਾਰੀ ਕਾਇਨਾਤ ਨੂੰ ਪਾਲਣ ਵਾਲਿਆ ਅੱਲਾ ਜੀ ਤੁਸੀਂ ਚਾਹੋ ਤੇ ਨੂਹ ਲੈ ਸਲਾਮ ਦੀ ਕਸ਼ਤੀ ਨੂੰ ਤੂਫਾਨਾਂ 'ਚੋਂ ਪਾਰ ਲੰਘਾ ਦਿਓ ਤੇ ਪਹਾੜਾਂ 'ਤੇ ਚੜ੍ਹੇ ਪੁੱਤਰ ਨੂੰ ਗਰਕ ਕਰ ਦਿਓ ਅੱਲਾ ਸੋਹਣਿਆ ਤੁਸੀਂ ਚਾਹੋ ਹਜ਼ਰਤ ਮੂਸਾ ਕਲੀਮੁੱਲਾ ਦੇ ਪਿੱਛੇ ਫੌਜਾਂ ਲੱਗ ਜਾਣ ਅੱਲਾ ਤੁਸੀਂ ਚਾਹੋ ਤੇ ਸਮੁੰਦਰਾਂ 'ਚੋਂ ਰਾਸਤੇ ਨਿਕਾਲ ਦਿੰਦੇ ਹੋ ਅੱਲਾ ਜੀ ਅਗਰ ਤੁਸੀਂ ਚਾਹੋ ਇਬਰਾਹੀਮ ਅਲੈ ਸਲਾਮ ਨੂੰ ਜਦੋਂ ਅੱਗ ਦੇ ਅੰਦਰ ਸੁੱਟਿਆ ਜਾਏ ਤੁਸੀਂ ਅੱਗ ਨੂੰ ਹੁਕਮ ਦਿੰਦੇ ਹੋ ਅੱਗ ਠੰਡੀ ਹੋ ਜਾਂਦੀ ਏ ਇਧਰੋਂ ਜਨਾਬੇ ਵਾਲਾ ਬੰਦੇ ਨੇ ਅੱਲਾ ਦੇ ਨਾਲ ਰਾਬਤਾ ਕਾਇਮ ਕਰ ਲਿਆ ਅੱਲਾ ਸੋਹਣਿਆ ਅਗਰ ਉਮਰ ਨੂੰ ਪਤਾ ਚੱਲ ਗਿਆ ਕਿ ਮੈਂ ਸ਼ਰਾਬ ਪੀਤੀ ਏ ਸ਼ਰਾਬ ਮੇਰੇ ਕੋਲ ਅੱਲਾ ਸੋਹਣਿਆ ਮੈਂ ਰੁਸਵਾ ਹੋ ਜਾਵਾਂਗਾ ਜਦੋਂ ਉਮਰ ਮੈਨੂੰ ਸਜ਼ਾਵਾਂ ਦੇਗਾ ਲੋਕਾਂ ਨੂੰ ਪਤਾ ਚੱਲ ਜਾਏਗਾ ਇਹ ਬੰਦਾ ਸ਼ਰਾਬੀ ਏ ਇਹ ਬੰਦਾ ਅੱਲਾ ਦੀਆਂ ਹੱਦਾਂ ਨੂੰ ਤੋੜਨ ਵਾਲਾ ਏ ਅੱਲਾ ਸੋਹਣਿਆ ਮੈਂ ਤੇਰੇ ਕੋਲੋਂ ਸੱਚੀ ਤੌਬਾ ਕਰਦਾ ਅੱਲਾ ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਵਾਂਗਾ ਅੱਲਾ ਸੋਹਣਿਆ ਇੱਕ ਵਾਰੀ ਮਾਫ਼ ਕਰ ਦੇ ਉਸ ਬੰਦੇ ਨੇ ਜਦੋਂ ਰੱਬ ਦੇ ਨਾਲ ਰਾਬਤਾ ਜੋੜਿਆ ਅੱਲਾ ਦਾ ਕੁਰਾਨ ਗਵਾਹੀ ਦਿੰਦਾ ਏ ਵਾਇਦਾ ਸਾਲਕ ਇਬਾਦੀ ਅੰਨੀ ਫਾ ਇੰਨੀ ਕਰੀਬ ਜਦੋਂ ਉਹਨੇ ਰੱਬ ਦੇ ਨਾਲ ਰਾਬਤਾ ਜੋੜਿਆ ਇਧਰੋਂ ਹਜ਼ਰਤ ਦੀ ਉਮਰ ਚਲਦੇ ਚਲਦੇ ਸ਼ਰਾਬੀ ਦੇ ਕਰੀਬ ਆ ਗਏ ਇਹ ਸ਼ਰਾਬੀ ਨੇ ਬੁੱਕਲ ਦੇ ਅੰਦਰ ਸ਼ਰਾਬ ਲਈਏ ਬਗਲ ਦੇ ਅੰਦਰ ਸ਼ਰਾਬ ਲਈਏ ਤੇ ਡਰਦਾ ਪਿਆ ਏ ਨਾ ਮੇਰਾ ਅੱਲਾ ਬੜਾ ਮੁਹੀਤੁਲ ਖਬੀਰ ਜੇ ਉਹ ਦੋਸਤਾ ਮੇਰਾ ਅੱਲਾ ਬੜਾ ਸਮੀਓ ਬਸੀਰ ਏ ਨਾ ਇੰਜਾ ਕਰਕੇ ਹਜ਼ਰਤ ਦੀ ਉਮਰ ਨੇ ਚਾਦਰ ਪਕੜੀ ਹਜ਼ਰਤ ਦੀ ਉਮਰ ਨੇ ਜਦੋਂ ਚਾਦਰ ਖਿੱਚੀ ਏ ਇਹ ਜਿਹੜੀ ਸ਼ਰਾਬ ਦੀ ਬੋਤਲ ਕੱਛੇ ਲਈ ਫਿਰਦਾ ਏ ਇਹ ਜਦੋਂ ਜ਼ਮੀਨ ਤੇ ਗਿਰੀ ਏ ਅੱਲਾ ਨੇ ਸੱਚੀ ਤੌਬਾ ਕਰਨ ਦੀ ਵਜ੍ਹਾ ਤੋਂ ਅੱਲਾ ਨੇ ਸ਼ਰਾਬ ਨੂੰ ਦੁੱਧ ਬਣਾ ਛੱਡਿਆ ਅੱਲਾ ਨੇ ਸ਼ਰਾਬ ਨੂੰ ਦੁੱਧ ਬਣਾ ਛੱਡਿਆ ਇਸ ਬੰਦੇ ਨੇ ਅੱਲਾ ਦੇ ਨਾਲ ਰਾਬਤਾ ਕਰ ਲਿਆ ਇਸ ਬੰਦੇ ਨੇ ਅੱਲਾ ਦੇ ਨਾਲ ਸੁਲਾ ਕਰ ਲਈ ਉਹ ਮੇਰੇ ਵੀਰਾ ਤੇ ਸ਼ਰਾਬ ਪੀਣ ਵਾਲਾ ਅੱਲਾ ਦੀਆਂ ਹੱਦਾਂ ਨੂੰ ਤੋੜਨ ਵਾਲਾ ਬੰਦਾ ਏ ਨਾ ਤੇ ਮੇਰੇ ਵੀਰਾ ਅੱਜ ਤੂੰ ਕਿਉਂ ਅੱਲਾ ਤੋਂ ਦੂਰ ਚਲਾ ਗਿਆ ਏ ਮੇਰਾ ਅੱਲਾ ਤੇ ਫਰਮਾਉਂਦਾ ਏ ਵਨਹਨੁ ਅਕਰਬੁ ਇਲੈਹਿ ਮਿਨ ਹਬਲਿਲ ਵਰੀਦ ਉਹ ਮੇਰੇ ਆ ਬੰਦਿਆ ਤੂੰ ਮੈਨੂੰ ਗਾਰਾਂ ਦੇ
ਅੰਦਰ ਪੁਕਾਰ, ਮੈਂ ਰੱਬ ਕਾਰਾਂ ਦੇ ਅੰਦਰ ਤੇਰੀਆਂ ਮਦਦਾਂ ਕਰਾਂਗਾ, ਤੂੰ ਮੈਨੂੰ ਚਾਰ ਦੀਵਾਰੀ ਦੇ ਅੰਦਰ ਪੁਕਾਰ, ਮੈਂ ਤੇਰੀਆਂ ਪੁਕਾਰਾਂ ਸੁਣਨ ਵਾਲਾ। ਉਹ ਬੰਦਾ ਹੀ ਕਿੱਡਾ ਬਦਬਖਤ ਹੈ ਨਾ ਅੱਜ ਆਪਣੇ ਅੱਲਾ ਤੋਂ ਦੂਰ ਏ, ਆ ਵੇਖਣਾ ਕਿੰਨੀਆਂ ਮੂਰਤਾਂ 'ਚ ਅੱਲਾ ਦੀ ਵਾਰ ਗੱਜ ਆਈਆਂ ਨੇ, ਉਹ ਦੁਨੀਆਦਾਰਾਂ ਦੇ ਕੋਲ ਜਾ ਕੇ ਰੋਣਾ ਏ, ਉਹ ਮੇਰੀ ਪੂਰੀ ਨਹੀਂ ਪੈਂਦੀ, ਮੇਰਾ ਮਾਲ ਮੈਨੂੰ ਘਾਟਾ ਪੈ ਗਿਆ, ਮੇਰੀ ਦੁਕਾਨਦਾਰੀ ਦੇ ਅੰਦਰ ਬੜਾ ਨੁਕਸਾਨ ਹੋਇਆ। ਮੇਰੇ ਵੀਰਾ ਕਦੀ ਅੱਲਾ ਦੀ ਬਾਰਗਾਹ ਦੇ ਅੰਦਰ ਆ ਜਾ, ਕਦੀ ਆਪਣੇ ਰੱਬ ਨੂੰ ਆ ਕਰਕੇ ਪੁਕਾਰਿਆ ਕਰ, ਆਪਣੇ ਰੱਬ ਕੋਲੋਂ ਸੱਚੇ ਦਿਲੋਂ ਮੰਗਿਆ ਕਰ, ਮੇਰਾ ਅੱਲਾ ਤੈਨੂੰ ਗੈਬੀ ਖਜ਼ਾਨੇ ਅਤਾ ਫਰਮਾ, ਮੇਰਾ ਅੱਲਾ ਗੈਬੀ ਖਜ਼ਾਨੇ ਔਰ ਮੇਰੇ ਰੱਬ ਦਾ ਨੌਕਰ ਬਣ ਜਾ, ਮਾਲਿਕ ਆਪਣੇ ਅੱਲਾ ਨੂੰ ਬਣਾ ਲੈ, ਮਾਲਕ ਆਪਣੇ ਰੱਬ ਨੂੰ ਬਣਾਏਗਾ, ਮੇਰਾ ਰੱਬ ਤੈਨੂੰ ਥੋੜਾ ਨਹੀਂ ਜਾਣਦਾ, ਮੇਰਾ ਅੱਲਾ ਤੇਰੀਆਂ ਥੋੜਾ ਪੂਰੀਆਂ ਕਰ ਦੇਗਾ। ਹਜ਼ਰਤ ਅਲੀ ਰਜ਼ੀ ਅੱਲਾਹ ਅਨਹੂ ਆਪ ਦੇ ਸ਼ਾਗਿਰਦ ਨੇ ਹਜ਼ਰਤ ਇਮਾਮ ਹਸਨ ਬਸਰੀ ਰਹਿਮਤੁਲਾਹ ਤਾਲਾ ਅਲੈਹ, ਬਹੁਤ ਬੜੇ ਤਾਰੀਖ ਆਪ ਦੇ ਸ਼ਾਗਿਰਦ ਨੇ ਹਜ਼ਰਤ ਹਬੀਬ ਅਜਮੀ ਰਹਿਮਤੁਲਾਹ ਤਾਲਾ ਅਲੈਹ, ਹਜ਼ਰਤ ਇਬਰਾਹੀਮ ਅਸਫਹਾਨੀ ਰਹਿਮਤੁਲਾਹ ਤਾਲਾ ਅਲੈਹ, ਉਹਨਾਂ ਨੇ ਆਪਣੀ ਕਿਤਾਬ ਦੇ ਅੰਦਰ ਤਜ਼ਕਿਰਤੁਲ ਅੰਬੀਆ ਤਜ਼ਕਿਰਤੁਲ ਔਲੀਆ ਦੇ ਅੰਦਰ ਇੱਕ ਵਾਕਿਆ ਨਕਲ ਕੀਤਾ ਹੈ, ਹਜ਼ਰਤ ਹਬੀਬ ਅਜਮੀ ਰਹਿਮਤੁਲਾਹ ਤਾਲਾ ਅਲੈਹ ਜਿਹੜੇ ਇਮਾਮ ਹਸਨ ਬਸਰੀ ਦੇ ਸ਼ਾਗਿਰਦ ਨੇ, ਤਬਾ ਤਾਬੀ ਨੇ ਉਹਨਾਂ ਦਾ ਇੱਕ ਵਾਕਿਆ ਨਕਲ ਕੀਤਾ ਕਿ ਸੂਦ ਦਾ ਕਾਰੋਬਾਰ ਕਰਦੇ ਸੀ। ਦੁਆ ਕਰੋ ਅੱਲਾ ਸਾਨੂੰ ਸੂਦ ਜੈਸੀ ਲਾਨਤ ਤੋਂ ਮਹਿਫੂਜ਼ ਫਰਮਾਏ। ਯਕੀਨ ਕਰੋ ਇਹ ਸੂਦ ਬੰਦੇ ਦੀਆਂ ਨਸਲਾਂ ਤਬਾਹ ਕਰਦੇ ਹਨ, ਜਿਹੜਾ ਬੰਦਾ ਸੂਦੀ ਕਾਰੋਬਾਰ ਕਰਦਾ ਹੈ ਨਾ, ਦੁਆ ਕਰੋ ਅੱਲਾ ਸਾਨੂੰ ਅਗਰ ਸਾਡੇ 'ਚ ਕੋਈ ਐਸਾ ਐਬ ਪਾਇਆ ਜਾ ਰਿਹਾ ਅੱਲਾ ਸਾਡੀ ਸੱਚੀ ਔਰ ਸੁੱਚੀ ਤੌਬਾ ਕਬੂਲ ਫਰਮਾਏ। ਬਹਰਹਾਲ ਹਜ਼ਰਤ ਹਬੀਬ ਅਜਮੀ ਰਹਿਮਤੁਲਾਹ ਤਾਲਾ ਅਲੈਹ ਆਪ ਸੂਦ ਦਾ ਕਾਰੋਬਾਰ ਕਰਦੇ ਨੇ, ਇੱਕ ਦਿਨ ਦਿਲ ਦੇ ਅੰਦਰ ਯਾਰ ਹਬੀਬ ਅਜਮੀ ਕੀ ਪਿਆ ਕਰ, ਦੁਨੀਆ ਦਾ ਮਾਲ ਸੂਦੀ ਕਾਰੋਬਾਰ, ਕੱਲ ਰੱਬ ਨੂੰ ਜਵਾਬ ਨਹੀਂ ਦੇਣਾ, ਅੱਲਾ ਦੀ ਕਚਹਿਰੀ 'ਚ ਨਹੀਂ ਖਲੋਣਾ, ਇਸ ਸੂਦ ਦੇ ਨਾਲ ਜਿੰਨਾ ਮਰਜ਼ੀ ਮਾਲ ਕਮਾ ਲੈ, ਇਹ ਦੁਨੀਆ ਦਾ ਮਾਲ ਦੁਨੀਆ 'ਤੇ ਰਹਿ ਜਾਣਾ ਹੈ ਅਤੇ ਰੱਬ ਨੂੰ ਕੀ ਜਵਾਬ ਦੇਵੇਗਾ। ਦਿਲ ਦੇ ਅੰਦਰ ਅੱਲਾ ਦਾ ਡਰ ਪੈਦਾ ਹੋਇਆ, ਅੱਲਾ ਦੇ ਨਾਲ ਵਾਅਦਾ ਕਰ ਲਿਆ, ਯਾ ਅੱਲਾ ਅੱਜ ਤੋਂ ਬਾਅਦ ਮੈਂ ਸੂਦੀ ਕਾਰੋਬਾਰ ਨਹੀਂ ਕਰਨਾ, ਪਹਿਲੀਆਂ ਮਾਫੀਆਂ ਤਾਂ ਕੁਝ ਛੱਡ ਦੇ, ਸਾਰਾ ਕੁਝ ਉਡਾ ਦਿੱਤਾ, ਆਪਣੇ ਰੱਬ ਦੇ ਨਾਲ ਲਾਓ ਲਾ ਲਈ। ਘਰ ਦੇ ਅੰਦਰ ਆਏ, ਇੱਕ ਲੋਟਾ ਲਿਆ, ਮਸਾਲਾ ਲਿਆ ਅਤੇ ਜੰਗਲ ਵੱਲ ਰਵਾਨਾ ਹੋ ਗਿਆ। ਆਓ ਜ਼ਰਾ ਗੌਰ ਕਰਨਾ, ਆ ਤੂੰ ਜਿਹੜੀਆਂ ਇਹਨਾਂ ਗੱਲਾਂ ਤੋਂ ਡਰਦਾ ਨਾ ਕਿ ਮੇਰਾ ਕੀ ਬਣੇਗਾ, ਮਾਲ ਕਿੱਥੋਂ ਆਏਗਾ, ਅੱਲਾ ਦੀ ਕਸਮ ਜਦੋਂ ਤੂੰ ਸੱਚੇ ਦਿਲੋਂ ਰੱਬ ਨੂੰ ਮਾਲਕ ਬਣਾਏਗਾ ਨਾ, ਆਪਣਾ ਹਕੀਕੀ ਮਾਲਕ ਨੂੰ ਮਾਲਕ ਮੰਨੇਗਾ, ਅਤੇ ਮੇਰਾ ਅੱਲਾ ਤੇਰੀਆਂ ਸਾਰੀਆਂ ਥੋੜਾਂ ਪੂਰੀਆਂ ਕਰ ਦੇਗਾ, ਤੇ ਫਿਰ ਤੈਨੂੰ ਸਮਝ ਨਹੀਂ ਆਏਗੀ। ਜਿਵੇਂ ਹਜ਼ਰਤ ਮਰੀਮ ਅਲੈਹੀ ਸਲਾਮ ਹੈ ਕਮਰੇ ਦੇ ਅੰਦਰ ਬੰਦ ਤੇ ਬੈਠੀਆਂ ਨੇ, ਵਨਹਨੁ ਅਕਰਬੁ ਇਲੈਹ ਮਿਨ ਹਬਲਿਲ ਵਰੀ, ਤੇ ਜਦੋਂ ਆਪ ਦੇ ਕਮਰੇ ਦਾ ਦਰਵਾਜ਼ਾ ਖੋਲਿਆ, ਵੇਖਿਆ ਕਿ ਆਪ ਦੇ ਕਮਰੇ ਦੇ ਅੰਦਰ ਤਾਲਾ ਲਗਾਉਣ ਵਾਲਾ ਤਾਲਾ ਲਗਾ ਕੇ ਗਿਆ ਹੈ, ਤੇ ਜਦੋਂ ਵਾਪਸ ਆਇਆ ਵੇਖਿਆ ਤਾਜ਼ੀਆਂ ਖਜੂਰਾਂ ਪਈਆਂ, ਕੋਲ ਬੂਟਾ ਕੋਈ ਨਹੀਂ, ਲੈ ਕੇ ਆਉਣ ਵਾਲਾ ਕੋਈ ਨਹੀਂ, ਛੱਤ ਪਾਟੀ ਕੋਈ ਨਹੀਂ, ਦੀਵਾਰ 'ਚ ਸੁਰਾਖ ਕੋਈ ਨਹੀਂ, ਤੇ ਹਜ਼ਰਤ ਦੀ ਅੰਮਾ ਮਰੀਮ ਨੂੰ ਸਵਾਲ ਕੀਤਾ, ਮਰੀਮ ਨੇ ਕੌਣ ਦੇ ਕੇ ਗਿਆ, ਕੌਣ ਤੇਰੇ ਕੋਲ ਆਇਆ, ਤੇ ਅੰਮਾ ਮਰੀਮ ਫਰਮਾਉਂਦੀਆਂ ਨੇ ਇਹ ਮੇਰਾ ਰੱਬ ਮੇਰੇ ਕਰੀਬ ਸੀ, ਮੇਰਾ ਅੱਲਾ ਦੇ
ਮਤਲਬ ਇਹ ਕਿ ਬੰਦਾ ਦਰਵਾਜ਼ੇ ਸਾਰੇ ਬੰਦ ਕਰ ਦੇ, ਕਮਰੇ ਦੇ ਅੰਦਰ ਟਕਿਆ ਜਾਏ, ਹੈ ਬਾਹਰੋਂ ਤਾਲਾ ਲੱਗ ਜਾਏ, ਤਾਲਾ ਲਾਉਣ ਵਾਲਾ ਦੂਰ ਹੈ ਮਗਰ ਆਸਮਾਨਾਂ ਦਾ ਰੱਬ ਫਿਰ ਵੀ ਬੰਦੇ ਦੇ ਕਰੀਬ, ਬੰਦੇ ਦੇ ਕਰੀਬ। ਅੱਲਾ ਦੀ ਕਸਮ, ਅੱਲਾ ਆਪਣੇ ਬੰਦੇ ਦੀ ਬੜਾ ਕਰੀਬ ਹੈ, ਅਗਰ ਦੂਰ ਤੇ ਬੰਦਾ ਹੀ ਨਹੀਂ। ਦੁਆ ਕਰੋ ਅੱਲਾ ਸਾਨੂੰ ਆਪਣੇ ਕਰੀਬ ਆਉਣ ਦੀ ਤੌਫੀਕ ਅਤਾ ਫਰਮਾਏ। ਹਜ਼ਰਤ ਹਬੀਬ ਅਜਮੀ ਸਾਰਾ ਕੁਝ ਛੱਡ ਦਿੱਤਾ, ਆਪਣੇ ਅੱਲਾ ਨਾਲ ਲਾਓ ਲਾ ਲਈ, ਲੋਟਾ ਫੜਿਆ, ਮੁਸੱਲਾ ਫੜਿਆ, ਜੰਗਲ ਵੱਲ ਨਿਕਲ ਗਏ। ਆਓ ਮੁਸਲਮਾਨੋ ਜ਼ਰਾ ਗੌਰ ਕਰਦੇ ਜਾਣਾ, ਆ ਇਮਾਨ ਵਾਲੇ ਆਦਰਾ ਤੁਮੀ ਅੱਲਾ ਨਾਲ ਰਾਬਤੇ ਕਾਇਮ ਕਰ ਲੈ, ਛੱਡਦੇ ਦੁਨੀਆ ਦੇ ਵਾਵੇਲੇ, ਇਹ ਦੁਨੀਆ ਦਾ ਮਾਲ ਦੁਨੀਆ ਤੇ ਰਹਿ ਜਾਣਾ, ਇਹ ਜਨਾਬ ਦੁਨੀਆ ਦੀਆਂ ਦੌਲਤਾਂ ਦੁਨੀਆ ਤੇ ਰਹਿ ਜਾਣੀਆਂ, ਇਹ ਦੁਨੀਆ ਦੀਆਂ ਕੋਠੀਆਂ ਕਾਰਾਂ ਬਗਲੇ ਕਿਸੇ ਸ਼ਹਿਰ ਨੇ ਕੰਮ ਨਹੀਂ ਆਉਣਾ। ਦੁਆ ਕਰਿਆ ਕਰ ਅੱਲਾ ਜਦੋਂ ਮੌਤ ਦਾ ਵੇਲਾ ਆਵੇ, ਅੱਲਾ ਸੋਹਣਿਆ ਸਾਨੂੰ ਇਮਾਨ ਵਾਲੀ ਮੌਤ ਨਸੀਬ ਫਰਮਾ, ਅੱਲਾ ਸਾਨੂੰ ਇਮਾਨ ਦੀ ਦੌਲਤ ਤੋਂ ਮਾਲਾ ਮਾਲ ਫਰਮਾ। ਹਜ਼ਰਤ ਹਬੀਬ ਅਜਮੀ ਆਪਣੇ ਘਰੋਂ ਜਨਾਬ ਵਜ਼ੂ ਦਾ ਲੋਟਾ ਲਿਆ, ਆਪਨੇ ਮੁਸੱਲਾ ਲਿਆ, ਜੰਗਲ ਦੇ ਅੰਦਰ ਚਲੇ ਗਏ, ਸਾਰਾ ਦਿਨ ਇਬਾਦਤਾਂ ਕਰਦੇ ਰਹੇ, ਅੱਲਾ ਨਾਲ ਲੌ ਲਾ ਲਿਆ, ਅੱਲਾ ਦੀ ਬਾਰਗਾਹ ਚ ਰਜ਼ੂ ਮਰੂਜ਼ ਪੈ ਕਰਦੇ ਨੇ, ਅੱਲਾ ਦੀਆਂ ਹਮਦਾਂ ਸਨਾਵਾਂ ਬਿਆਨ ਪੈ ਕਰਦੇ ਨੇ। ਆ ਜਰਾ ਗੌਰ ਕਰਨਾ, ਤੂੰ ਵੀ ਆਪਣੇ ਗਿਰੇਬਾਨ ਦੇ ਅੰਦਰ ਚਾਤੀ ਮਾਰ, ਇਹ ਰਮਜ਼ਾਨ ਦਾ ਮਹੀਨਾ ਆਇਆ, ਤੂੰ ਰੋਜ਼ਿਆਂ ਦੇ ਅੰਦਰ ਕੀ ਚਾਲ ਚੱਲਣ ਪਿਆ ਕਰਦਾ ਏ, ਆਪਣੀ ਦੁਕਾਨ ਤੇ ਬੈਠਾ ਏ ਕਮੀਆਂ ਕਰੀ ਜਾਂਦਾ ਏ, ਨਾ ਤੋਲ ਦੇ ਅੰਦਰ ਕਮੀਆਂ ਕਰੀ ਜਾਂਦਾ ਏ, ਇਹ ਜਨਾਬ ਸੌ ਦੀ ਸ਼ੈ ਹਜ਼ਾਰ ਦੀ ਮੜੀ ਜਾਂਦਾ ਏ, ਨਾ ਨਾ ਮੇਰੇ ਵੀਰਾ, ਇਹ ਦੁਨੀਆਂ ਦੀਆਂ ਦੌਲਤਾਂ ਦੁਨੀਆਂ ਤੇ ਰਹਿ ਜਾਣਗੀਆਂ, ਅਗਰ ਕੋਈ ਕੰਮ ਆਏਗਾ, ਅੱਲਾ ਦਾ ਪਿਆਰ ਕੰਮ ਆਏਗਾ, ਅੱਲਾ ਦੀ ਮੁਹੱਬਤ ਕੰਮ ਆਏਗੀ, ਮੇਰਾ ਅੱਲਾ ਤੇਰੇ ਤੇ ਮੇਰੇ ਨਾਲ ਬੜਾ ਪਿਆਰ ਕਰਦੇ ਨੇ, ਅੱਜ ਤੈਨੂੰ ਤੇ ਮੈਨੂੰ ਮਸਜਿਦ ਦੇ ਅੰਦਰ ਅੱਲਾ ਦਾ ਜਵਾਨਾ ਦਰਾ ਗੌਰ ਕਰ, ਅੱਜ ਨਾਬੇ ਵਾਲਾ ਤੇਰੀ ਤੇ ਮੇਰੀ ਕਿਸੇ ਬੰਦੇ ਨਾਲ ਨਾਰਾਜ਼ਗੀ ਹੋ ਜਾਏ, ਸਾਡੇ ਘਰ ਦੇ ਅੰਦਰ ਆਵੇ, ਅਸੀਂ ਲੱਤਾਂ ਭੰਨਣ ਵਾਸਤੇ ਤਿਆਰ ਹੋ ਜਾਂਦੇ ਆ, ਅਸੀਂ ਕਹਿੰਦੇ ਆ ਮੇਰੇ ਘਰ ਦੇ ਅੰਦਰ ਕਦਮ ਰੱਖਿਆ, ਮੈਂ ਤੇਰਾ ਸਿਰ ਤਨ ਤੋਂ ਜੁਦਾ ਕਰ ਦਿਆਂਗਾ। ਇਹ ਜਨਾਬੇ ਵਾਲਾ ਤਿੰਨਾਂ ਮਰਲਿਆਂ ਦੇ ਘਰ ਦੇ ਉੱਤੇ ਸਾਡੀ ਸਰਦਾਰੀ ਹੋਵੇ ਤੇ ਕੋਈ ਗੈਰ ਬੰਦਾ ਵੜ ਨਹੀਂ ਸਕਦਾ, ਤੇ ਇਹ ਮਸਜਿਦ ਦੀਆਂ ਸਰਦਾਰੀਆਂ ਮੇਰੇ ਅੱਲਾ ਦੇ ਕੋਲ, ਇਹ ਮਸਜਿਦਾਂ ਦਾ ਮਾਲਕ ਮੇਰਾ ਅੱਲਾ, ਅੱਲਾ ਦਾ ਕਾਰੇ ਨਾਲ ਇਹ ਜ਼ਮੀਨ ਵੀ ਅੱਲਾ ਦੀ, ਮਸਜਿਦ ਵੀ ਅੱਲਾ ਦੀ, ਇਹ ਜ਼ਰਾ ਸੋਚ ਨਾ ਤੂੰ ਅੱਲਾ ਦੀ ਇਜਾਜ਼ਤ ਤੋਂ ਬਗੈਰ ਕਿਵੇਂ ਅੱਲਾ ਦੇ ਘਰ ਦੇ ਅੰਦਰ ਆ ਸਕਦਾ ਏ, ਆ ਅੱਲਾ ਦੇ ਨਾਲ ਰਾਬਤਾ ਕਰ ਲੈ, ਇਸ ਮਸਜਿਦ ਦੇ ਅੰਦਰ ਬਹਿ ਕੇ ਅੱਜ ਆਪਣੇ ਰੱਬ ਨਾਲ ਰਾਬਤਾ ਕਾਇਮ ਕਰ ਲੈ, ਅੱਲਾ ਦੀ ਬਾਰਗਾਹ ਚਰਜ ਕਰ ਲੈ। ਵਾ ਇਲਾ ਸਾਲਾ ਕਰੀਬਾਦੀ ਅੰਨੀ ਫਾਇਨੀ ਕਰੀਬ ਉਜੀਬ ਦਾਵਤ ਦਾ ਇਦਾ ਦਾਨ ਫਲਿਯਸਤਜੀਬੋ ਮੌਲੀ ਬਲੀ ਯੁਮਿਨੋ ਬੀਲਾ ਲਗੁਮ ਯਰਸ਼ੁਦੋ। ਫਰਮਾਉਂਦੇ ਨੇ ਅੱਲਾ ਤੇ ਜਾਂਦੇ ਨੇ, ਮੇਰਾ ਬੰਦਾ ਮੇਰੇ ਕਰੀਬ ਆ ਜਾਏ, ਮੇਰਾ ਬੰਦਾ ਮੇਰੇ ਕੋਲੋਂ ਮੰਗਣ ਵਾਲਾ ਬਣ ਜਾਏ, ਇਹ ਸਾਰਿਆਂ ਖਜ਼ਾਨਿਆਂ ਦਾ ਮਾਲਕ ਮੈਂ ਆ, ਜ਼ਮੀਨਾਂ ਅਸਮਾਨਾਂ ਦਾ ਮਾਲਕ ਮੈਂ ਆ, ਗੁਨਾਹਾਂ ਤੋਂ ਮਾਫੀਆਂ ਦੇਣ ਵਾਲਾ ਮੈਂ ਆ, ਜੰਨਤ ਤੇ ਦੋਜ਼ਖ ਦਾ ਮਾਲਕ ਮੈਂ ਆ। ਅੱਲਾ ਨਹੀਂ ਚਾਹੁੰਦੇ ਮੇਰਾ ਕੋਈ ਵੀ ਮੇਰੇ ਆਖਰੀ ਨਬੀ ਦਾ ਉਮਤੀ ਈਮਾਨ ਵਾਲਾ ਕਲਮਾ ਪੜਨ ਵਾਲਾ ਦੋਜ਼ਖ ਦੇ ਅੰਦਰ ਚਲਾ ਜਾਏ, ਆ ਵੇਖਣਾ ਤੇਰਾ ਤੇ ਮੇਰਾ ਰੱਬ ਤੇਰੇ ਤੇ ਮੇਰੇ ਨਾਲ ਕਿਵੇਂ ਪਿਆਰ ਕਰਦਾ ਏ। ਅੱਜ ਤੂੰ ਜਨਾਬੇ ਵਾਲਾ ਆਪਣੇ ਬੱਚਿਆਂ ਦੀ ਰੋਜ਼ੀ ਰੋਟੀ ਤੋਂ ਪਰੇਸ਼ਾਨ ਏ, ਨਾ ਨਾ ਮੇਰੇ ਵੀਰਾ, ਅਗਰ ਇੱਕ ਘਰ ਦੀ ਤੂੰ ਕਫਾਲਤ ਕਰ ਰਿਹਾ ਏ ਤੇ ਮੇਰਾ ਅੱਲਾ ਸਾਰੀ ਕਾਇਨਾਤ ਦੀਆਂ ਕਫਾਲਤਾਂ ਕਰ,
ਅੱਲਾ ਸਾਰੀ ਕਾਇਨਾਤ ਦੀਆਂ ਕਫਾਲਤਾਂ ਕਰਨ ਵਾਲਾ ਇਹ ਜਨਾਬ ਹਬੀਬ ਅਜਮੀ ਘਰੋਂ ਨਿਕਲੇ ਜੰਗਲ ਦੇ ਅੰਦਰ ਚਲੇ ਗਏ ਜਾ ਕਰਕੇ ਅੱਲਾ ਦੀਆਂ ਇਬਾਦਤਾਂ ਪੈ ਕਰਦੇ ਨੇ ਇਹ ਰਾਤ ਦਾ ਵੇਲਾ ਹੋਇਆ ਮੁੜ ਕੇ ਘਰ ਦੇ ਅੰਦਰ ਆ ਗਏ ਆ ਕਰਕੇ ਜਨਾਬੇ ਵਾਲਾ ਬੀਵੀ ਨੇ ਪਹਿਲਾ ਸਵਾਲ ਕੀਤਾ ਉਹ ਮੇਰੇ ਸਿਰ ਦੇ ਤਾਜ ਹਬੀਬ ਅਜਮੀ ਜ਼ਰਾ ਇਹ ਤੇ ਦੱਸੋ ਨਾ ਕੀ ਮਜ਼ਦੂਰੀ ਲੈ ਕਰਕੇ ਆਏ ਹੋ ਕੀ ਮਾਲੋ ਮਤਾ ਲੈ ਕੇ ਆਏ ਹੋ ਘਰ ਦਾ ਰਾਸ਼ਨ ਮੰਗਵਾਉਣਾ ਹੈ ਜ਼ਰਾ ਗੌਰ ਕਰੀ ਉਹ ਰੋਜ਼ੀ ਰੋਟੀ ਤੋਂ ਜਿਹੜਾ ਬੰਦਾ ਪਰੇਸ਼ਾਨ ਬੈਠਾ ਹੈ ਇਸ ਬਾਤ ਤੋਂ ਬਾਅਦ ਪਰੇਸ਼ਾਨ ਨਾ ਹੋਵੀ ਇਹ ਜਨਾਬੇ ਵਾਲਾ ਹਬੀਬ ਅਜਮੀ ਨੂੰ ਜਦੋਂ ਬੀਵੀ ਨੇ ਸਵਾਲ ਕੀਤਾ ਅੱਗੋਂ ਹਬੀਬ ਅਜਮੀ ਨੇ ਜਵਾਬ ਦਿੱਤਾ ਹਬੀਬ ਅਜਮੀ ਰਹਿਮਤੁੱਲਾ ਕੀ ਤਾਲਾ ਲੈ ਆਪਣੇ ਜਵਾਬ ਦਿੱਤਾ ਨੀ ਮੇਰੀ ਇਹ ਬੀਵੀ ਏ ਮੈਂ ਆਪਣੇ ਮਾਲਕ ਦੀ ਮਜ਼ਦੂਰੀ ਕਰਕੇ ਆਇਆ ਆਪਣੇ ਮਾਲਕ ਨੂੰ ਰਾਜ਼ੀ ਕਰਕੇ ਆਇਆ ਬੀਵੀ ਨੇ ਅੱਗੋਂ ਸਵਾਲ ਕੀਤਾ ਕੀ ਲੈ ਕੇ ਆਇਓ ਤੁਹਾਡੇ ਮਾਲਕ ਨੇ ਤੁਹਾਨੂੰ ਕੀ ਮਾਲ ਦਿੱਤਾ ਏ ਨਾ ਅੱਗੋਂ ਹਬੀਬ ਅਜਮੀ ਨੇ ਅਰਜ਼ ਕੀਤੀ ਫਰਮਾਇਆ ਨੀ ਬੀਵੀ ਏ ਮੈਂ ਆਪਣੇ ਮਾਲਕ ਦੇ ਕੋਲੋਂ ਮੈਨੂੰ ਗੈਰਤ ਆਈ ਮੈਂ ਆਪਣੇ ਮਾਲਕ ਕੋਲੋਂ ਕੁਝ ਨਹੀਂ ਉਹ ਮੰਗਿਆ ਮੈਨੂੰ ਬੜੀ ਸ਼ਰਮ ਆਈ ਮੇਰਾ ਮਾਲਕ ਬੜਾ ਰਹੀਮ ਓ ਕਰੀਮ ਏ ਨਾ ਮੇਰੇ ਜ਼ਮੀਰ ਨੇ ਇਜਾਜ਼ਤਾਂ ਨਹੀਂ ਉਹ ਦਿੱਤੀਆਂ ਮੈਂ ਕੁਝ ਨਹੀਂ ਉਹ ਮੰਗਿਆ ਤੇ ਬੀਵੀ ਕਹਿਣ ਲੱਗੀ ਜਦੋਂ ਕੱਲ ਨੂੰ ਮਜ਼ਦੂਰੀ ਕਰਨ ਜਾਓ ਆਪਣੇ ਮਾਲਕ ਦੇ ਕੋਲੋਂ ਕੁਝ ਪੈਸੇ ਲੈ ਕਰਕੇ ਆਣਾ ਆਪਣੇ ਮਾਲਕ ਦੇ ਕੋਲੋਂ ਕੁਝ ਲੈ ਕੇ ਆਉਣਾ ਇਹ ਜਨਾਬੇ ਵਾਲਾ ਦੂਜੇ ਦਿਨ ਦਾ ਸੂਰਜ ਤਲੂ ਹੋਇਆ ਹਬੀਬ ਅਜਮੀ ਮਜ਼ਦੂਰੀ ਕਰਨ ਚਲੇ ਗਏ ਆਪਣੇ ਰੱਬ ਦੀ ਬਾਰਗਾਹ ਦੇ ਅੰਦਰ ਅਰਜ਼ੋ ਮਰੋਜ਼ ਕਰਨ ਚਲੇ ਗਏ ਇਹ ਜਦੋਂ ਰਾਤ ਦਾ ਵੇਲਾ ਹੋਇਆ ਹਬੀਬ ਅਜਮੀ ਵਾਪਸ ਆਏ ਆ ਕਰਕੇ ਬੀਵੀ ਨੇ ਜਨਾਬੇ ਵਾਲਾ ਵੇਖਿਆ ਤੇ ਬੀਵੀ ਕਹਿਣ ਲੱਗੀ ਹਬੀਬ ਅਜਮੀ ਆ ਗਏ ਹੋ ਤੇ ਨਾਲੇ ਖਾਲੀ ਖਾਲੀ ਆ ਗਏ ਹੋ ਕੁਝ ਲੈ ਕਰਕੇ ਕਿਉਂ ਨਹੀਂ ਆਏ ਅੱਗੋਂ ਜਨਾਬੇ ਵਾਲਾ ਰਹਿਮਤੁੱਲਾ ਕੀ ਤਾਲਾ ਲੈ ਆਪਨੇ ਜਵਾਬ ਦਿੱਤਾ ਮੇਰਾ ਮਾਲਕ ਬੜਾ ਕਰੀਮ ਏ ਉਹ ਮੇਰਾ ਮਾਲਕ ਬੜਾ ਰਹੀਮ ਏ ਮੇਰਾ ਮਾਲਕ ਬੜਾ ਵਕਫਾ ਬਿੱਲਾਹੀ ਵਕੀਲਾ ਮੇਰਾ ਮਾਲਕ ਬੜਾ ਕਰੀਮ ਸੀ ਮੈਂ ਕੁਝ ਨਹੀਂ ਉਹ ਮੰਗਿਆ ਮੈਨੂੰ ਆਪਣੇ ਮਾਲਕ ਦੇ ਕੋਲੋਂ ਬੜੀ ਸ਼ਰਮ ਆਈ ਮੈਂ ਕੁਝ ਵੀ ਮੁਤਾਲਬਾ ਨਹੀਂ ਕਰ ਸਕਿਆ ਬੀਵੀ ਕਹਿਣ ਲੱਗੀ ਜ਼ਰਾ ਇਸ ਗੱਲ ਨੂੰ ਦਿਲ ਦੀਆਂ ਤਖਤੀਆਂ ਤੇ ਲਿਖ ਲੈਣਾ ਬੀਵੀ ਕਹਿਣ ਲੱਗੀ ਹਬੀਬ ਅਜਮੀ ਜਦੋਂ ਸਵੇਰ ਨੂੰ ਜਾਓ ਜਦੋਂ ਆਪਣੇ ਮਾਲਕ ਦੀ ਮਜ਼ਦੂਰੀ ਕਰਨ ਵਾਸਤੇ ਜਾਓ ਜਦੋਂ ਆਉਣ ਲੱਗੋ ਤੇ ਆਪਣੇ ਮਾਲਕ ਨੂੰ ਕਹਿਣਾ ਮੇਰੇ ਨਿੱਕੇ ਨਿੱਕੇ ਬੱਚੇ ਨੇ ਮੈਂ ਉਹਨਾਂ ਲਈ ਕੁਝ ਖਾਣਾ ਲੈ ਕਰਕੇ ਜਾਣਾ ਏ ਮੈਂ ਉਹਨਾਂ ਲਈ ਕੁਝ ਮਾਲ ਲੈ ਕੇ ਜਾਣਾ ਏ ਮੈਂ ਆਪਣਿਆਂ ਬੱਚਿਆਂ ਦੀ ਰੋਜ਼ੀ ਰੋਟੀ ਦਾ ਇੰਤਜ਼ਾਮ ਕਰਨਾ ਏ ਆਪਣੇ ਰੱਬ ਨੂੰ ਕਹਿਣਾ ਅਗਰ ਤੁਹਾਡਾ ਮਾਲਕ ਤੁਹਾਨੂੰ ਕੁਝ ਨਾ ਦੇਵੇ ਤੇ ਆਪਣਾ ਮਾਲਕ ਬਦਲ ਲੈਣਾ ਕਿਸੇ ਹੋਰ ਦੇ ਕੋਲ ਚਲੇ ਜਾਣਾ ਇੰਨੀ ਗੱਲ ਬੀਬੀ ਨੇ ਕੀਤੀ ਹਬੀਬ ਅਜਮੀ ਦਾ ਕਲੇਜਾ ਫਟਿਆ ਤੇ ਦਿਲ ਦੇ ਅੰਦਰ ਖਿਆਲ ਆਇਆ ਬੀਬੀ ਨੇ ਕੀ ਕਹਿ ਦਿੱਤਾ ਏ ਮੈਂ ਆਪਣਾ ਮਾਲਕ ਕਿਵੇਂ ਬਦਲ ਸਕਦਾ ਉਹ ਨਾ ਨਾ ਮੇਰੇ ਵੀਰਾ ਆਪਣਿਆਂ ਮਾਲਕਾਂ ਨੂੰ ਨਾ ਬਦਲਿਆ ਕਰ ਇੱਕੋ ਰੱਬ ਨੂੰ ਦਾਤਾ ਮੰਨਿਆ ਕਰ ਇੱਕੋ ਰੱਬ ਨੂੰ ਗੌਸੇ ਆਜ਼ਮ ਮੰਨਿਆ ਕਰ ਇੱਕੋ ਰੱਬ ਨੂੰ ਮੁਸ਼ਕਿਲ ਕੁਸ਼ਾ ਮੰਨਿਆ ਕਰ
ਕਰ, ਇੱਕੋ ਰੱਬ ਨੂੰ ਹਾਜਤ ਰਵਾ ਮੰਨਿਆ ਕਰ, ਇੱਕੋ ਰੱਬ ਨੂੰ ਵਿਗੜੀਆਂ ਬਣਾਉਣ ਵਾਲਾ ਮੰਨਿਆ ਕਰ। ਉਹ ਮੇਰਾ ਮਾਲਕ ਤੇ ਤੈਨੂੰ ਤੇ ਮੈਨੂੰ ਐਲਾਨ ਕਰਦਾ ਏ, ਵਾ ਇਲਾ ਸਾਲਕਾ, ਉਹ ਮੇਰੇ ਬੰਦਿਆ ਤੂੰ ਜ਼ਮੀਨ ਤੇ ਬੈਠ ਕੇ ਮੈਨੂੰ ਪੁਕਾਰ, ਮੈਂ ਆਸਮਾਨਾਂ ਤੇ ਬੈਠਾ ਲੱਭਈ ਕਾ ਯਾਬ ਦੀ ਪੁਕਾਰਾਂਗਾ। ਮੇਰੇ ਬੰਦਿਆ ਤੂੰ ਮੇਰੇ ਕਰੀਬ ਤੇ ਆਣਾ, ਆਪੇ ਰੱਬ ਤੋਂ ਦੂਰ ਜਾ ਕੇ ਰੱਬ ਨਾਲ ਗਿਲੇ ਕਰੀ ਜਾਣਾ ਏ। ਇਹ ਜਨਾਬੇ ਵਾਲਾ ਤੀਜਾ ਦਿਨ ਹੋਇਆ, ਹਬੀਬ ਅਜਮੀ ਨਿਕਲ ਗਏ ਤੇ ਦਿਲ ਦੇ ਅੰਦਰ ਖਿਆਲ ਆਇਆ ਕਿ ਰਾਤ ਨੂੰ ਮੈਂ ਲੇਟ ਜਾਵਾਂਗਾ, ਮੈਂ ਘਰ ਦੇ ਅੰਦਰ ਉਦੋਂ ਜਾਵਾਂਗਾ ਜਦੋਂ ਮੇਰੀ ਬੀਵੀ ਵੀ ਸੌ ਜਾਏਗੀ, ਉਹ ਜਦੋਂ ਮੇਰੇ ਬੱਚੇ ਵੀ ਸੌ ਜਾਣਗੇ, ਤਾਂ ਕਿ ਮੇਰੇ ਕੋਲੋਂ ਮਾਲ ਦਾ ਮੁਤਾਲਬਾ ਨਾ ਕੀਤਾ ਜਾਏ। ਇਹ ਜਨਾਬੇ ਵਾਲਾ ਤੀਸਰਾ ਦਿਨ ਹੋਇਆ, ਹਬੀਬ ਅਜਮੀ ਅੱਲਾ ਨਾਲ ਪਿਆਰ ਕਰਨ ਵਾਲੇ, ਅੱਲਾ ਨਾਲ ਮੁਹੱਬਤਾਂ ਕਰਨ ਵਾਲੇ, ਇਹ ਜਦੋਂ ਤੀਸਰਾ ਦਿਨ ਹੋਇਆ, ਹਬੀਬ ਅਜਮੀ ਜਦੋਂ ਅੱਧੀ ਰਾਤੀ ਨੇਰੇ ਦੇ ਅੰਦਰ ਵਾਪਸ ਆਏ, ਆ ਕਰਕੇ ਜਦੋਂ ਘਰ ਦੇ ਕਰੀਬ ਆ ਗਏ, ਵਾਹਿਦਾ ਸਾਲਕ ਇਬਾਦੀ, ਵਾਹਿਦਾ ਸਾਲਕ ਇਬਾਦੀ, ਅੰਨੀ ਫਾਇਨੀ ਕਰੀਬ, ਓਏ ਅੱਲਾ ਦੇ ਆਪਦਿਆ, ਅੱਲਾ ਤੇਰੇ ਤੇ ਮੇਰੇ ਬੜਾ ਕਰੀਬੀ, ਵਾ ਨਹਨੁ ਅਕਰਬੁ ਇਲੈਹੀ, ਉਹ ਤੂੰ ਦਿਲ ਦੇ ਅੰਦਰ ਸੋਚਦਾ ਏ, ਮੇਰਾ ਅੱਲਾ ਤੇਰੇ ਦਿਲ ਦੇ ਅਪੇਤਾਂ ਨੂੰ ਜਾਣਨ ਵਾਲਾ, ਉਹ ਮੇਰਾ ਅੱਲਾ ਤੇਰੀ ਸੋਚ ਦੇ ਅੰਦਰ ਬਾਤ ਬਾਤ ਦੇ ਅੰਦਰ ਆਉਂਦੀ, ਮੇਰਾ ਅੱਲਾ ਪਹਿਲੇ ਜਾਣਨ ਵਾਲਾ, ਮੇਰਾ ਅੱਲਾ ਪਹਿਲੇ ਗੱਲਾਂ ਨੂੰ ਜਾਣਨ ਵਾਲਾ। ਆ ਜਾ ਮੇਰੇ ਵੀਰਾ ਅੱਲਾ ਦੇ ਕਰੀਬ ਆ ਜਾ, ਜਦੋਂ ਤੂੰ ਅੱਲਾ ਦੇ ਕਰੀਬ ਆਏਗਾ, ਅੱਲਾ ਤੇਰੀਆਂ ਲੋੜਾਂ ਪੂਰੀਆਂ ਕਰ ਦੇਗਾ। ਹਬੀਬ ਅਜਮੀ ਚੱਲਿਆ ਜਦੋਂ ਆਪਣੇ ਘਰ ਦੇ ਅੰਦਰ ਆਏ ਤੇ ਦਿਲ ਦੇ ਅੰਦਰ ਖਿਆਲ ਆਇਆ ਕਿ ਅਗਰ ਬੀਵੀ ਜਾਗਦੀ ਹੋਈ ਤੇ ਸਵਾਲ ਕਰੇਗੀ, ਹਬੀਬ ਅਜਮੀ ਬੱਚਿਆਂ ਲਈ ਰਾਸ਼ਨ ਨਹੀਂ ਜੇ ਲੈ ਕਰਕੇ ਆਏ। ਉਹ ਹਬੀਬ ਅਜਮੀ ਨੇ ਰਾਬਤਾ ਉਹਦੇ ਨਾਲ ਜੋੜ ਲਿਆ ਜਿਹੜਾ ਆਪਣੇ ਬੰਦੇ ਨੂੰ ਖਾਲੀ ਮੋੜਦਾ ਨਹੀਂ, ਉਹ ਜਿਹੜਾ ਆਪਣੇ ਬੰਦੇ ਦੀਆਂ ਲੋੜਾਂ ਪੂਰੀਆਂ ਕਰਨ ਵਾਲਾ। ਇਹ ਜਨਾਬੇ ਵਾਲਾ ਜਦੋਂ ਘਰ ਅੰਦਰ ਦਾਖਲ ਹੋਏ ਤੇ ਕੀ ਦਿੰਦੇ ਨੇ, ਘਰ ਦੇ ਅੰਦਰੋਂ ਪਾਣੀ ਨਿਕਲ ਰਿਹਾ ਏ, ਘਰ ਦੇ ਅੰਦਰੋਂ ਤਰ੍ਹਾਂ ਤਰ੍ਹਾਂ ਦੀਆਂ ਖੁਸ਼ਬੂਆਂ ਪਈਆਂ ਆਉਂਦੀਆਂ ਨੇ। ਆ ਕਰਕੇ ਬੀਵੀ ਦੇ ਕਰੀਬ ਚਲੇ ਗਏ ਤੇ ਬੀਵੀ ਨੂੰ ਅੱਜ ਹਬੀਬ ਅਜਮੀ ਸਵਾਲ ਕਰਦੇ ਨੇ। ਅੱਗੇ ਬੀਵੀ ਸਵਾਲ ਕਰਦੀ ਸੀ ਤੇ ਹਬੀਬ ਅਜਮੀ ਜਵਾਬ ਦਿੰਦੇ ਸਨ, ਅੱਜ ਹਬੀਬ ਅਜਮੀ ਨੇ ਸਵਾਲ ਕੀਤਾ ਵੀ ਬੇਗਮ ਆ ਜਿਹੜਾ ਮਾਲ ਪਿਆ ਭੰਗਦਾ ਏ ਕਿੱਥੋਂ ਆਇਆ ਏ, ਇਹ ਜਿਹੜਾ ਮਾਲ ਪਕਾਇਆ ਹੀ ਖੁਸ਼ਬੂਆਂ ਕਿੱਥੋਂ ਆ ਰਹੀਆਂ ਨੇ। ਅੱਗੋਂ ਬੀਵੀ ਨੇ ਜਵਾਬ ਦਿੱਤਾ, ਮੇਰੇ ਸਿਰ ਦੇ ਤਾਜ, ਉਹ ਹਬੀਬ ਅਜਮੀ ਜਿਹਦੀ ਮਜ਼ਦੂਰੀ ਕਰਨ ਵਾਸਤੇ ਜਾਂਦਾ ਸੈ, ਇੱਕ ਬੰਦਾ ਆਇਆ ਰਾਸ਼ਨ ਦੇ ਗਿਆ, ਖੁੱਲਾ ਮਾਲੋ ਮਤਾ ਦੇ ਗਿਆ ਤੇ ਨਾਲ ਤੁਹਾਡੇ ਲਈ ਪੈਗਾਮ ਦੇ ਕਰਕੇ ਗਿਆ ਏ। ਉਹ ਸਿੱਧੂ ਪੁੱਲੇ ਦੇ ਆ ਮੁਸਲਮਾਨਾ, ਇਹ ਹਬੀਬ ਅਜਮੀ ਨੂੰ ਪੈਗਾਮ ਨੀ, ਤੈਨੂੰ ਤੇ ਮੈਨੂੰ ਵੀ ਪੈਗਾਮ ਏ ਨਾ। ਬੀਵੀ ਨੇ ਅੱਗੋਂ ਜਵਾਬ ਦਿੱਤਾ, ਉਹ ਹਬੀਬ ਅਜਮੀ ਇੱਕ ਬੰਦਾ ਪੈਗਾਮ ਦੇ ਕਰਕੇ ਗਿਆ ਏ, ਨਾਲ ਰਾਸ਼ਨ ਦੇ ਗਿਆ ਏ, ਬੰਦਾ ਕਹਿ ਕੇ ਗਿਆ ਏ ਹਬੀਬ ਅਜਮੀ ਜਦੋਂ ਆਵੇ ਉਹਨੂੰ ਕਹਿਣਾ ਆਪਣੇ ਮਾਲਕ ਦੀਆਂ ਮਜ਼ਦੂਰੀਆਂ ਕਰੀ ਜਾ, ਤੇਰਾ ਮਾਲਕ ਤੇਰੀਆਂ ਲੋੜਾਂ ਪੂਰੀਆਂ ਕਰੀ ਜਾ।
ਤੇਰਾ ਮਾਲਕ ਤੇਰੀਆਂ ਲੋੜਾਂ ਪੂਰੀਆਂ ਕਰੀ ਜਾਏਗਾ। ਆ ਵੇਖਣਾ ਮੁਸਲਮਾਨਾਂ ਕਿਹੜੀ ਬੱਲੇ ਬੱਲੇ ਚ ਟੁਰਿਆ ਫਿਰਦਾ ਏ, ਤੂੰ ਅੱਜ ਕਿਹੜੀਆਂ ਵਡਿਆਈਆਂ ਕਿਹੜਾ ਮਾਲ ਲਈ ਫਿਰਦਾ ਏ। ਉਹ ਕਦੀ ਆਪਣੇ ਰੱਬ ਦਾ ਸਵਾਲੀ ਤੇ ਬਣ ਜਾ, ਕਦੀ ਆਪਣੇ ਰੱਬ ਦੀ ਬਾਰਗਾਹ ਦੇ ਅੰਦਰ ਆ ਤੇ ਸਹੀ, ਕਦੀ ਆਪਣੇ ਅੱਲਾ ਨੂੰ ਪੁਕਾਰ ਤੇ ਸਹੀ ਨਾ, ਕਦੀ ਆਪਣੇ ਰੱਬ ਦੀ ਬਾਰਗਾਹ ਦੇ ਅੰਦਰ ਆ ਜਾ। ਤੂੰ ਤੇ ਮੁਸਲਮਾਨ ਏ, ਫਖਰ ਕਰਿਆ ਕਰ, ਅੱਲਾ ਨੇ ਤੈਨੂੰ ਤੇ ਮੈਨੂੰ ਮੁਸਲਮਾਨ ਮੁਸਲਮਾਨ ਇਮਾਨ ਵਾਲਾ ਰੋਜ਼ਿਆਂ ਦਾ ਮਹੀਨਾ। ਅੱਲਾ ਦੀ ਕਸਮ ਅਫਤਾਰੀ ਵੇਲੇ ਮੇਰਾ ਰੱਬ ਰੋਜ਼ੇਦਾਰਾ ਆਪਣੇ ਰੱਬ ਕੋਲੋਂ ਮੰਗ, ਤੇਰਾ ਰੱਬ ਤੇਰੇ ਕਰੀਬ ਖਲੋਤਾ ਹੈ ਤੈਨੂੰ ਅਤਾ ਕਰਨ ਵਾਸਤੇ। ਹਜੇ ਵੀ ਤੂੰ ਰੱਬ ਨਾਲ ਕਿਵੇਂ ਕਰਨਾ, ਅੱਲਾ ਤੈਨੂੰ ਉਹਨਾਂ ਨਾਲੋਂ ਜ਼ਿਆਦਾ ਅਜਰ ਅਤਾ ਫਰਮਾਏ। ਇਹ ਮੇਰੇ ਅੱਲਾ ਦੀ ਰਹਿਮੀ ਹੈ, ਮੇਰਾ ਅੱਲਾ ਤੇ ਅੱਲਾ ਦੀ ਕਸਮ ਹੈ। ਭੁੱਲ ਕੇ ਕੋਈ ਬੰਦਾ ਆ ਜਾਏ ਨਾ, ਇੱਕ ਗੈਰ ਮੁਸਲਮ ਹੈ, ਇੱਕ ਕਾਫਰ ਬੰਦਾ ਆਪਣੇ ਬੁੱਤਖਾਨੇ ਚ ਆ ਗਿਆ, ਬਾਸ ਦੇ ਅੰਦਰ ਦਰਦ ਹੈ, ਬਾਹ ਪੀੜ ਪਈ ਕਰਦੀ ਤੇ ਆਪਣੇ ਬੁੱਤਖਾਨੇ ਚ ਆ ਗਿਆ, ਉਹ ਤੇਰਾ ਤੇ ਮੇਰਾ ਰੱਬ ਹੀ ਬੜਾ ਸੱਚਾ ਹੈ। ਸਾਰਿਆਂ ਦੇ ਰੱਬ ਝੂਠੇ ਨੇ। ਅੱਲਾ ਦੀ ਕਸਮ ਤੈਨੂੰ ਤੇ ਮੈਨੂੰ ਨਬੀ ਪਾਕ ਅਲੈਹਿ ਸਲਾਮ ਨੇ ਦੱਸਿਆ, ਮੇਰਾ ਅੱਲਾ ਵਾਹਦਹੁ ਲਾ ਸ਼ਰੀਕ ਹੈ, ਤੈਨੂੰ ਕਿਸੇ ਸ਼ੈ ਦੀ ਲੋੜ ਬਣ ਜਾਏ, ਇੱਕੋ ਰੱਬ ਦੇ ਕੋਲੋਂ ਤੇਰੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਜਾਣ, ਸਾਰੀਆਂ ਲੋੜਾਂ। ਇੱਕ ਕਾਫਰ ਬੰਦਾ ਬਾਜ਼ੂ ਦੇ ਅੰਦਰ ਦਰਦ ਹੋ ਗਈ, ਆਪਣੇ ਬੁੱਤਖਾਨੇ ਚ ਆ ਗਿਆ, ਬੁੱਤਖਾਨੇ ਚ ਆ ਕੇ ਤੇ ਆਪਣੇ ਖੁਦਾ ਨੂੰ ਪੁਕਾਰਨ ਲੱਗ ਪਿਆ, ਆਪਣੇ ਰੱਬ ਨੂੰ ਆਵਾਜ਼ਾਂ ਮਾਰਨ ਲੱਗ ਪਿਆ। ਗੌਰ ਕਰਨਾ, ਮਾਰੋਜ਼ ਕਰੇ, ਮੈਂ ਆਪਣੇ ਬੰਦੇ ਨੂੰ ਅਤਾ ਕਰਾਂ, ਮੈਂ ਆਪਣੇ ਬੰਦੇ ਦੇ ਗੁਨਾਹਾਂ ਨੂੰ ਮਾਫ ਕਰਾਂ। ਆਓ ਜਰਾ ਗੌਰ ਕਰਦੇ ਜਾਣਾ, ਇੱਕ ਕਾਫਰ ਬੰਦਾ ਆਪਣੇ ਬੁੱਤਖਾਨੇ ਦੇ ਅੰਦਰ ਆ ਗਿਆ, ਆ ਕਰਕੇ ਆਪਣੇ ਬੁੱਤ ਨੂੰ ਪਿਆ ਪੁਕਾਰਦਾ ਏ, ਆਪਣੇ ਬੁੱਤ ਨੂੰ ਆਵਾਜ਼ਾਂ ਪਿਆ ਦਿੰਦਾ ਏ, ਯਾ ਸਨਮ ਇਹ ਜਨਾਬੇ ਵਾਲਾ ਇੱਕ ਬੁੱਤਖਾਨੇ ਦੇ ਅੰਦਰ ਆ ਕਰਕੇ ਗੈਰ ਮੁਸਲਮ ਬੰਦਾ ਆਪਣੇ ਜਨਾਬ ਬੁੱਤ ਨੂੰ ਆਵਾਜ਼ਾਂ ਦਿੱਤੀ ਜਾ ਰਿਹਾ ਏ, ਆਪਣੇ ਬੁੱਤ ਨੂੰ ਆਵਾਜ਼ਾਂ ਮਾਰੀ ਜਾ ਰਿਹਾ ਏ, ਪਰ ਬੁੱਤ ਤੋਂ ਜਵਾਬ ਨਹੀਂ ਦਿੰਦਾ, ਬਾਜ਼ੂ ਦਾ ਦਰਦ ਕੰਮ ਨਹੀਂ ਹੋ ਰਿਹਾ। ਆ ਮੁਸਲਮਾਨਾਂ ਜਰਾ ਆਪਣੇ ਇਮਾਨ ਤੋਂ ਤਾਜ਼ਾ ਕਰ ਲੈ, ਤੈਨੂੰ ਤੇ ਅੱਲਾ ਨੇ ਨਬੀ ਆਖਰ ਜ਼ਮਾਂ ਪੈਗੰਬਰ ਕਾਇਨਾਤ ਜਨਾਬੇ ਮੁਹੰਮਦ ਰਸੂਲ ਅੱਲਾ
ਸੱਲੱਲਾਹੁ ਅਲੈਹਿ ਵਸੱਲਮ ਦਾ ਉਮਤੀ ਬਣਾਇਆ ਹੈ। ਸਾਰੀਆਂ ਉਮਤਾਂ ਤੋਂ ਆਲਾ ਉਮਤ ਦੇ ਅੰਦਰ ਅੱਲਾ ਨੇ ਤੈਨੂੰ ਤੇ ਮੈਨੂੰ ਪੈਦਾ ਫਰਮਾਇਆ ਹੈ। ਆ ਜਰਾ ਗੌਰ ਕਰ, ਅੱਲਾ ਤੇਰੇ ਤੇ ਮੇਰੇ ਕਰੀਬ ਹੈ, ਅੱਜ ਤੂੰ ਮੇਰੇ ਵੀਰਾ ਆਪਣੇ ਰੱਬ ਦੇ ਕਰੀਬ ਆ ਜਾ। ਤੂੰ ਚਾਰ ਦੀਵਾਰੀ ਦੇ ਅੰਦਰ ਅੱਲਾ ਕੋਲੋਂ ਮੰਗੇਗਾ, ਮੇਰਾ ਅੱਲਾ ਤੈਨੂੰ ਤੇ ਮੈਨੂੰ ਅਤਾ ਕਰੇਗਾ, ਮੇਰਾ ਅੱਲਾ ਤੈਨੂੰ ਤੇ ਮੈਨੂੰ ਇੰਜ ਅਤਾ ਕਰੇਗਾ ਜਿਵੇਂ ਸੈਯਦਾ ਤੈਯਬਾ ਤਾਖਿਰਾ ਜ਼ਾਹਿਦਾ ਯਾਬਦਾ ਸੈਯਦਾ ਸਾਰਾ ਅਲੈਹਿ ਸਲਾਮੁਲਲਾਹ ਕੇ ਅਲੈਗਾ। ਇਹ ਜਨਾਬ ਕੌਣ ਸੈਯਦਾ ਸਾਰਾ? ਹਜ਼ਰਤ ਇਬਰਾਹੀਮ ਖਲੀਲ ਜੀ ਰੋਜਾ। ਇਹ ਜਨਾਬੇ ਵਾਲਾ ਚਲਦਿਆਂ ਚਲਦਿਆਂ ਅੱਲਾ ਦਾ ਹੁਕਮ ਹੋਇਆ, ਹਜ਼ਰਤ ਇਬਰਾਹੀਮ ਅਲੈਹਿ ਸਲਾਮ ਨੂੰ ਅੱਲਾ ਨੇ ਫਰਮਾਇਆ ਹਿਜਰਤ ਕਰ ਜਾਓ। ਆਓ ਜਰਾ ਮੈਂ ਮੁਖਤਸਰ ਅਰਜ਼ ਕਰਦਾ ਜਾਵਾ। ਇਹ ਜਨਾਬ ਮੀਆਂ ਬੀਵੀ ਚਲਦੇ ਚਲਦੇ ਆ ਜਰਾ ਗੌਰ ਕਰਨਾ, ਤੂੰ ਅੱਜ ਦਰਬਾਰਾਂ ਤੇ ਜਾਣਾ ਹੈ, ਕਦੀ ਸਖੀ ਸਰਵਰ ਜਾਣਾ ਹੈ, ਇਹ ਜਨਾਬ ਲਾਹੌਰ ਤੇ ਪਿੰਡੀ ਚੱਲ ਕੇ ਜਾਣਾ ਹੈ। ਮੇਰਾ ਅੱਲਾ ਫਰਮਾਉਂਦਾ ਹੈ, ਉਹ ਮੇਰੇ ਆ ਬੰਦਿਆ ਮੈਂ ਤੇਰਾ ਹਕੀਕੀ ਰੱਬ ਆ, ਤੈਨੂੰ ਕਿਤੇ ਜਾਣ ਦੀ ਲੋੜ ਨਹੀਂ, ਜਿੱਥੇ ਮੰਗੇਗਾ ਮੈਂ ਰੱਬ ਅਤਾ ਫਰਮਾ, ਮੈਂ ਅੱਲਾ ਤੈਨੂੰ ਅਤਾ ਫਰਮਾ ਦਿਆਂਗਾ। ਇਹ ਜਨਾਬੇ ਵਾਲਾ ਅੱਲਾ ਕਿਵੇਂ ਅਤਾ ਫਰਮਾਉਂਦੇ ਨੇ? ਅੱਲਾ ਵੇਖਣਾ ਆਪਣੇ ਬੰਦਿਆਂ ਨਾਲ, ਆਪਣੀਆਂ ਬੰਦੀਆਂ ਨਾਲ ਕਿੰਨਾ ਪਿਆਰ ਕਰਦੇ ਨੇ। ਆ ਮੇਰੀ ਮਾਂ ਤੇ ਭੈਣੋ ਜ਼ਰਾ ਗੌਰ ਕਰਦੀਆਂ ਜਾਣਾ, ਅੱਜ ਆਪਣਾ ਇਮਾਨ ਬਣਾ ਲੈ, ਤੇਰਾ ਕੋਈ ਦੁਨੀਆਂ ਦੇ ਕੰਮ ਨਹੀਂ ਆਏਗਾ। ਅਗਰ ਤੇਰੀਆਂ ਤੇ ਮੇਰੀਆਂ ਮੁਸ਼ਕਲ ਕੁਸ਼ਾਈਆਂ ਕੋਈ ਕਰੇਗਾ, ਤੇ ਮੇਰਾ ਅੱਲਾ ਮੁਸ਼ਕਲ ਕੁਸ਼ਾਈਆਂ ਕਰਨ ਵਾਲਾ, ਮੇਰਾ ਅੱਲਾ ਦੁੱਖਾਂ ਨੂੰ ਟਾਲਣ ਵਾਲਾ। ਇਹ ਜਨਾਬੇ ਵਾਲਾ ਸੈਯਦਾ ਸਾਰਾ ਤੇ ਇਬਰਾਹੀਮ ਨਬੀ, ਇਹ ਚੱਲਦਿਆਂ ਚੱਲਦਿਆਂ ਇੱਕ ਇਲਾਕੇ ਦੇ ਅੰਦਰੋਂ ਗੁਜ਼ਰਨ ਲੱਗੇ। ਇਸ ਇਲਾਕੇ ਦਾ ਬਾਦਸ਼ਾਹ ਬੜਾ ਜ਼ਾਲਮ ਫਾਸਕ ਤੇ ਫਾਜਰ ਹੈ ਨਾ, ਇਹ ਬੜਾ ਜ਼ਾਨੀ ਪਾਪੀ ਤੇ ਸ਼ਰਾਬੀ ਹੈ ਨਾ। ਇਹਦੇ ਹਵਾਰੀਆਂ ਨੇ ਜਾ ਕੇ ਦੱਸਿਆ, ਇਹ ਬਾਦਸ਼ਾਹ ਸਲਾਮਤ ਸਾਡੇ ਇਲਾਕੇ ਦੇ ਅੰਦਰੋਂ ਇੱਕ ਬੜਾ ਖੂਬਸੂਰਤ ਜੋੜਾ ਪਿਆ ਗੁਜ਼ਰਦਾ ਹੈ ਨਾ, ਇੱਕ ਬੰਦਾ ਤੇ ਬੀਬੀ ਜਾ ਰਹੇ ਨੇ, ਤੇ ਬੀਬੀ ਬੜੀ ਖੂਬਸੂਰਤ ਹੈ ਨਾ, ਇਹ ਬੀਬੀ ਨਬੀ ਦੀ ਬੀਵੀ ਹੈ ਨਾ, ਇਹ ਬੀਬੀ ਇਬਰਾਹੀਮ ਖਲੀਲ ਦੀ ਬੀਵੀ ਹੈ ਨਾ। ਇਹ ਜਨਾਬ ਫੌਜੀਆਂ ਨੇ ਹਜ਼ਰਤ ਇਬਰਾਹੀਮ ਖਲੀਲ ਨੂੰ ਪਕੜਿਆ, ਆਪ ਦੀ ਜ਼ੌਜਾਂ ਨੂੰ ਪਕੜਿਆ, ਬਾਦਸ਼ਾਹ ਦੀ ਕਚਹਿਰੀ ਦੇ ਅੰਦਰ ਲੈ ਗਏ। ਬਾਦਸ਼ਾਹ ਨੇ ਹੁਕਮ ਜਨਾਬ ਇੱਕ ਕਮਰੇ ਦੇ ਅੰਦਰ ਬੰਦੇ ਨੂੰ ਤੇ ਇੱਕ ਕਮਰੇ ਦੇ ਅੰਦਰ ਬੀਬੀ ਨੂੰ ਤਾੜ ਦਿਓ। ਆ ਇਮਾਨ ਵਾਲੇ ਆਬਾ ਇਦਾ ਸਾਲਾ ਤਾਈਬਾਦੀ ਅੰਨੀ ਫਾ ਇੰਨੀ ਕਰੀਬ, ਮੇਰਾ ਅੱਲਾ ਕਿਦੋਂ ਸਵਾਲ ਕਰਨ ਵਾਲੇ ਦੇ ਸਵਾਲ ਨੂੰ ਸੁਣਦਾ ਹੈ ਨਾ, ਮੇਰਾ ਅੱਲਾ ਹਰ ਵੇਲੇ ਸਵਾਲੀ ਦੇ। ਮੇਰੇ ਅੱਲਾ ਨੂੰ ਊਂਘ ਵੀ ਆਉਂਦੀ ਨਹੀਂ, ਨੀਂਦ ਵੀ ਆਉਂਦੀ ਨਹੀਂ, ਇਹ ਦੁਨੀਆਂ ਦੇ ਰੱਬ ਸੌ ਜਾਂਦੇ ਪਰ ਮੇਰਾ ਰੱਬ ਜਾਗਦਾ, ਮੇਰਾ ਰੱਬ ਜਾਗਣ ਵਾਲਾ, ਮੇਰੇ ਰੱਬ ਨੂੰ ਊਂਘ ਨਹੀਂ ਹੋ ਜਾਂਦੇ, ਇਹ ਕੌਣ ਰੱਬ ਹੈ ਨਾ, ਕਿਵੇਂ ਮਦਦਾਂ ਕਰਨ ਵਾਲਾ, ਮੇਰਾ ਅੱਲਾ ਕਿੰਨਾ ਬੰਦੇ ਦੇ ਕਰੀਬ ਹੈ ਨਾ। ਆ ਜਰਾ ਸੁਣਦਾ ਜਾ ਸੈਯਦਾ ਤੈਯਬਾ ਸਾਰਾ ਸਲਾਮ ਅੱਲਾ ਕੇ ਅਲੈਹਾ। ਆਪ ਨੂੰ ਜਨਾਬੇ ਵਾਲਾ ਇੱਕ ਕਮਰੇ ਦੇ ਅੰਦਰ ਬੰਦ ਕਰ ਦਿੱਤਾ, ਇੱਕ ਕਮਰੇ ਦੇ ਅੰਦਰ ਇਬਰਾਹੀਮ ਖਲੀਲ ਨੂੰ ਬੰਦ ਕਰ ਦਿੱਤਾ। ਸੈਯਦਾ ਸਾਰਾ ਜਨਾਬੇ ਵਾਲਾ ਕਮਰੇ ਦੇ ਅੰਦਰ ਬੰਦ ਨੇ, ਅਚਾਨਕ ਇੱਕ ਵਾਲਾ ਆਇਆ, ਆ ਕਰਕੇ ਦਰਵਾਜ਼ਾ ਖੋਲਿਆ। ਜਦੋਂ ਦਰਵਾਜ਼ਾ ਖੋਲਿਆ ਤੇ ਸਾਹਮਣੇ ਵੇਖਿਆ ਇੱਕ ਬੜੀ ਖੂਬਸੂਰਤ ਜਵਾਨ ਔਰਤ ਖਲੋਤੀ ਏ, ਇਹ ਜ਼ਾਲਮ ਫਾਸਕ ਤੇ ਫਾਜਰ ਕਰੀਬ ਆਇਆ। ਆ ਕਰਕੇ ਜਦੋਂ ਸੈਯਦਾ ਸਾਰਾ ਦੇ ਨਾਲ ਜ਼ਨਾਕਾਰੀ ਦੇ ਇਰਾਦੇ ਦੇ ਨਾਲ ਹੱਥ ਵਧਾਇਆ, ਤੇ ਮੇਰੇ ਅੱਲਾ ਦਾ ਕੁਰਾਨ ਸੱਚਾ ਏ ਨਾ, ਇਹ ਜਨਾਬੇ ਵਾਲਾ ਕਿੱਠਾਂ ਦਾ ਇੰਚਾਂ ਦਾ ਬੰਦੇ ਤੇ ਕੁੜੀ ਦਾ ਫਾਸਲਾ ਏ ਨਾ, ਮੇਰਾ ਅੱਲਾ
ਤੋਂ ਜਿਸਮਾਂ ਤੋਂ ਵੀ ਜ਼ਿਆਦਾ ਬੰਦੇ ਤੋਂ ਕਰੀਬ ਹੈ ਨਾ। ਇਧਰੋਂ ਸਈਆ ਦਾ ਸਾਰਾ ਦੇ ਦਿਲ ਦੇ ਅੰਦਰ ਖਿਆਲ ਆਇਆ ਕਿ ਹੁਣ ਮੇਰਾ ਨਵੇਂ ਮੇਰਾ ਖਾਮਦ ਇਬਰਾਹੀਮ ਵੀ ਦੂਸਰੇ ਕਮਰੇ ਦੇ ਅੰਦਰ ਉਹ ਵੀ ਕਰੀਬ ਨਹੀਂ ਗਾ, ਉਹ ਵੀ ਮੇਰੀ ਮਦਦ ਵਾਸਤੇ ਨਹੀਂ ਆ ਸਕਦਾ। ਸਈਆ ਦਾ ਸਾਰਾ ਦੇ ਦਿਲ ਦੇ ਅੰਦਰ ਖਿਆਲ ਆਇਆ ਹੁਣ ਅਗਰ ਕਿਸੇ ਨੇ ਮੇਰੇ ਕੰਮ ਆਉਣਾ ਹੈ ਤੇ ਮੇਰੇ ਰੱਬੇ ਹਕੀਕੀ ਨੇ ਕੰਮ ਆਉਣਾ ਹੈ, ਹੁਣ ਅਗਰ ਮੇਰੀਆਂ ਕਿਸੇ ਨੇ ਮਦਦਾਂ ਕਰਨੀਆਂ ਨੇ ਇਸ ਜਾਨੀ ਤੋਂ ਅਗਰ ਮੈਨੂੰ ਕਿਸੇ ਨੇ ਬਚਾਉਣਾ ਹੈ ਤੇ ਮੇਰੇ ਅੱਲਾ ਨੇ ਬਚਾਉਣਾ ਹੈ। ਅੱਲਾ ਦੀ ਕਸਮ, ਇਧਰੋਂ ਜਨਾਬ ਹੱਥ ਉੱਠਿਆ, ਇਹ ਜਨਾਬ ਹੱਥ ਬੀਬੀ ਵੱਲ ਜਾ ਰਿਹਾ ਹੈ। ਇਧਰੋਂ ਸਈਆ ਦਾ ਸਾਰਾ ਨੇ ਅੱਲਾ ਨਾਲ ਰਾਬਤਾ ਕਾਇਮ ਕਰ ਲਿਆ, ਅੱਲਾ ਦੀ ਬਾਰਗਾਹ ਦੇ ਅੰਦਰ ਆ ਮੇਰੀ ਮਾਂ ਤੇ ਬਹਿਣੋ, ਆ ਮੇਰਾ ਮੁਸਲਮਾਨ ਵੀਰਾ, ਐਸਾ ਇਰਾਦਾ ਬਣਾ ਲੈ, ਅੱਜ ਗੁਨਾਹਾਂ ਤੋਂ ਪਰਹੇਜ਼ ਤੂੰ ਕਰੇਗਾ, ਅੱਜ ਗੁਨਾਹਾਂ ਤੋਂ ਤਰੇਖ ਤੂੰ ਕਰੇਗਾ, ਮੇਰੇ ਅੱਲਾ ਨੂੰ ਪੁਕਾਰੇਗਾ, ਮੇਰਾ ਅੱਲਾ ਰਿਜ਼ਕ ਦੀਆਂ ਫਰਮਾਨੀਆਂ ਵੀ ਅਤਾ ਫਰਮਾਵੇਗਾ, ਅੱਲਾ ਦੁਨੀਆਂ ਦੀਆਂ ਮੁਸ਼ਕਲਾਤਾਂ ਵੀ ਟਾਲ ਦੇਗਾ। ਸਈਆ ਦਾ ਸਾਰਾ ਨੇ ਇੰਜ ਕਰਕੇ ਅੱਲਾ ਨਾਲ ਰਾਬਤਾ ਕਰ ਲਿਆ, ਅੱਲਾ ਦੀ ਬਾਰਗਾਹ ਦੇ ਅੰਦਰ ਅਰਜ਼ ਕੀਤੀ, ਨੀਲੀ ਛੱਤ ਦਿਆ ਮਾਲਕਾ, ਸਾਰੀ ਕਾਇਨਾਤ ਨੂੰ ਪਾਲਣ ਵਾਲਿਆ, ਅਲੈ ਸੱਲਾਹੁ ਬਿਕਾਫਿਨ ਅਬਦਾ ਵਯੁਖਫਿਫੂਨਕ ਬਿਲਦੀਨ ਮਿਆਦੋਨ। ਸਈਆ ਦਾ ਸਾਰਾ ਨੇ ਅੱਲਾ ਨਾਲ ਜਦੋਂ ਰਾਬਤਾ ਕੀਤਾ ਕਿ ਯਾ ਬਾਰੀ ਤਾਲਾ ਯਾ ਰੱਬੋ ਲਾਲਮੀਨ ਇਬਰਾਹੀਮ ਖਲੀਲ ਨੂੰ ਅੱਗ ਦੇ ਅੰਦਰੋਂ ਬਚਾਉਣ ਵਾਲਿਆ, ਮੂਸਾ ਨੂੰ ਫਿਰਾਉਣ ਤੋਂ ਬਚਾਉਣ ਵਾਲਿਆ, ਨੂਹ ਅਲੈਹ ਸਲਾਮ ਦੀਆਂ ਕਿਸ਼ਤੀਆਂ ਨੂੰ ਪਾਰ ਲੰਘਾਉਣ ਵਾਲਿਆ, ਅੱਲਾ ਸੋਹਣਿਆ ਤੂੰ ਜਾਣਦਾ ਏ ਅੱਜ ਤੱਕ ਮੈਂ ਕਿਸੇ ਦੇ ਨਾਲ ਗਲਤਕਾਰੀ ਨਹੀਂ ਓ ਕੀਤੀ, ਅੱਲਾ ਸੋਹਣਿਆ ਮੈਂ ਅੱਜ ਤੱਕ ਗੁਨਾਹ ਨਹੀਂ ਓ ਕੀਤਾ, ਅੱਲਾ ਸੋਹਣਿਆ ਮੈਂ ਅੱਜ ਤੱਕ ਗੁਨਾਹ ਨਹੀਂ ਓ ਕੀਤਾ, ਅੱਲਾ ਸੋਹਣਿਆ ਮੈਨੂੰ ਇਸ ਰੱਬ ਦੀ ਤੋਂ ਬਚਾ ਲੈ, ਅੱਲਾ ਮੈਨੂੰ ਇਸ ਫਾਸਕ ਤੇ ਫਾਜਰ ਕੋਲੋਂ ਬਚਾ ਲੈ। ਅੱਲਾ ਦੀ ਕਸਮ, ਇਧਰੋਂ ਦਿਲ ਚੋਂ ਆਵਾਜ਼ ਨਿਕਲੀ, ਅੱਲਾ ਨੇ ਉਸ ਬੰਦੇ ਤੇ ਫਾਲਜ ਦਾ ਅਟੈਕ ਪਾ ਛੱਡਿਆ, ਅੱਲਾ ਨੇ ਬਾਦਸ਼ਾਹ ਨੂੰ ਸਾਕਲ ਕਰ ਦਿੱਤਾ, ਬਾਦਸ਼ਾਹ ਦਾ ਜਰਾ ਗੌਰ ਕਰਨਾ ਏ, ਬਾਦਸ਼ਾਹ ਕਰੀਬ ਖੜਾ ਏ, ਮੇਰਾ ਅੱਲਾ ਨਜ਼ਰ ਨਹੀਂ ਆਉਂਦਾ ਪਰ ਮੇਰੇ ਅੱਲਾ ਦੀਆਂ ਮਦਦਾਂ ਹਰ ਵੇਲੇ ਆਉਂਦੀਆਂ, ਮੇਰੇ ਅੱਲਾ ਦੀ ਮਦਦ ਹਰ ਵੇਲੇ ਆਉਂਦੀ, ਜੋ ਦਿਖਤਾ ਹੈ ਉਹ ਰੱਬ ਹੈ, ਮੇਰਾ ਅੱਲਾ ਤੇ ਹੋਵੇ ਅੱਲਾ ਦੀ ਕਸਮ, ਤੂੰ ਗਾਰਾਂ ਦੇ ਅੰਦਰ ਵੀ ਪੁਕਾਰੇ ਨਾ ਤੇ ਮੇਰਾ ਅੱਲਾ ਤੇਰੀਆਂ ਮਦਦਾਂ ਗਾਰਾਂ ਤੇ। ਬਾਦਸ਼ਾਹ ਨੇ ਸਾਰੇ ਦਰਵਾਜ਼ੇ ਬੰਦ ਕਰ ਲਏ, ਖਿੜਕੀਆਂ ਬੰਦ ਕਰ ਲਈਆਂ, ਬਾਹਰ ਫੌਜਾਂ ਲੱਗ ਗਈਆਂ, ਮਗਰ ਅੱਲਾ ਨੇ ਸਾਰਿਆਂ ਨੂੰ ਨਾਕਾਮ ਬਣਾ ਕੇ ਦੱਸਿਆ। ਉਹ ਦੁਨੀਆ ਵਾਲਿਓ, ਜਦੋਂ ਸਾਰੀਆਂ ਮੁਸੀਬਤਾਂ ਸਾਰੀਆਂ ਪਰੇਸ਼ਾਨੀਆਂ ਸ਼ੈਤਾਨ ਦੀ ਤਰਫ ਆ ਜਾਣ ਤੇ ਫਿਰ ਮੈਂ ਰੱਬ ਖੁਦ ਮਦਦਾਂ ਫਰਮਾ ਜਾਵਾਂ, ਅੱਲਾ ਦੇ ਕੋਲੋਂ ਮੰਗਣ ਵਾਲਾ ਬਣ ਯਾਰ ਮੇਰਾ ਅੱਲਾ ਸਾਨੀਆਂ ਸ਼ਰਾਬੀਆਂ ਮਾਰ ਵਾਲਾ। ਹਜ਼ਰਤ ਅਬਦੁੱਲਾ ਬਿਨ ਉਮਰ ਦੁਨੀਆਂ ਦਾ ਕੋਈ ਗੁਨਾਹ ਨਹੀਂ ਛੱਡਿਆ, ਦੁਆ ਕਰੋ ਅੱਲਾ ਸਾਨੂੰ ਗੁਨਾਹਾਂ ਤੋਂ ਮਹਿਫੂਜ਼ ਫਰਮਾਏ, ਅੱਲਾ ਅੱਜ ਦੇ ਜੁਮੇ ਦੀ ਬਰਕਤ ਦੇ ਨਾਲ ਸਾਨੂੰ ਸੱਚੀ ਤੌਬਾ ਕਰਨ ਦੀ ਤੌਫੀਕ عطا ਫਰਮਾਏ। ਇੱਕ ਔਰਤ ਨੂੰ 60 ਦਿਨਾਰ ਦਿੱਤੇ, ਜਨਾਹ ਕਰ
ਆਓ ਜ਼ਰਾ ਗੌਰ ਕਰਨਾ ਔਰ ਮੁਸਲਮਾਨੋ ਇਹਨਾਂ ਗੱਲਾਂ ਨੂੰ ਸਿਰਫ ਗੱਲਾਂ ਦੀ ਹੱਦ ਤੱਕ ਮਹਿਦੂਦ ਨਾ ਰੱਖਿਆ ਕਰੋ ਇਹ ਨਾ ਕਿਹਾ ਕਰੋ ਗੱਲਾਂ ਸੁਣ ਲਈਆਂ ਇੱਧਰੋਂ ਸੁਣੀਆਂ ਅਤੇ ਇੱਧਰੋਂ ਕੱਢ ਦਿੱਤੀਆਂ ਅੱਲਾਹ ਦੀ ਕਸਮ ਸਦਾ ਨਾ ਬਾਗੀ ਬੁਲਬੁਲ ਬੋਲੇ ਸਦਾ ਨਾ ਬਾਗ ਬਹਾਰਾ ਕੋਈ ਬੰਦਾ ਹੱਥ ਖੜਾ ਕਰਕੇ ਮੈਨੂੰ ਇਹ ਕਹਿ ਦੇਵੇ ਕਿ ਮੈਂ ਗੁਨਾਹ ਕਰਦਾ ਤੇ ਮੇਰੇ ਕੋਲ ਗੁਨਾਹ ਦੀ ਪੁੱਛ ਨਹੀਂ ਕੋਈ ਇਹ ਬਾਤ ਕਰ ਦੇਵੇ ਤੇ ਮੈਂ ਗੁਨਾਹ ਕਰਦਾ ਤੇ ਮੇਰੇ ਕੋਲ ਗੁਨਾਹ ਦੇ ਬਾਰੇ ਸਵਾਲ ਅੱਲਾਹ ਦੀ ਕਸਮ ਇਹ ਜ਼ਮੀਨ ਅੱਲਾਹ ਦੀ ਤੈਨੂੰ ਤੇ ਮੈਨੂੰ ਬਣਾਉਣ ਵਾਲਾ ਅੱਲਾਹ ਰਿਸਕ ਦੀਆਂ ਫਰਮਾਨੀਆਂ ਦੇ ਅੱਲਾਹ ਤੇਰੀ ਤੇ ਮੇਰੀ ਜ਼ੁਬਾਨ ਅੱਲਾਹ ਹੱਥਾਂ ਦਾ ਮਾਲਕ ਅੱਲਾਹ ਸ਼ਾਮਾਂ ਦੀਆਂ ਲੜੀਆਂ ਚਲਾਉਣ ਵਾਲਾ ਅੱਲਾਹ ਜ਼ਮੀਨ ਅੱਲਾਹ ਦੀ ਆਸਮਾਨ ਅੱਲਾਹ ਦਾ ਫਿਰ ਜਦੋਂ ਤੂੰ ਅੱਲਾਹ ਦੀ ਜ਼ਮੀਨ ਤੇ ਰੱਬ ਨਾਲ ਮੁਕਾਬਲੇ ਕਰੇਗਾ ਅੱਲਾਹ ਦੀ ਕਸਮ ਫਿਰ ਮਾਮਲਾ ਸੋਚ ਕਬਰ ਦੇ ਅੰਦਰ ਹਸ਼ਰ ਦੇ ਅੰਦਰ ਜਵਾਬ ਦੇ ਕਦੀ ਕਬਰ ਦਾ ਨਕਸ਼ਾ ਥਾਂ ਦੇ ਕੇ ਲੈ ਕੇ ਮੌਤ ਦਾ ਨਕਸ਼ਾ ਮੌਤ ਦਾ ਵੇਲਾ ਥਾਂ ਦੇ ਕੇ ਲੈ ਕਰ ਜਦੋਂ ਤੇਰਾ ਕੋਈ ਮਦਦਗਾਰ ਨਹੀਂ ਹੋਏਗਾ ਉਦੋਂ ਮਦਦਗਾਰ ਹੋਏਗਾ ਤੇ ਸਿਰਫ ਮੇਰਾ ਅੱਲਾ ਮਦਦਗਾਰ ਹੋਏਗਾ ਆਓ ਜ਼ਰਾ ਗੌਰ ਕਰਨਾ ਪੈਗੰਬਰ ਕਾਇਨਾਤ ਅਲੈਹਿ ਸਲਾਮ ਨੇ ਫਰਮਾਇਆ ਬੰਦੇ ਨੇ ਇੱਕ ਔਰਤ ਨੂੰ ਖਰੀਦਿਆ ਖਰੀਦਣ ਤੋਂ ਬਾਅਦ ਉਹਨੂੰ ਕਮਰੇ ਦੇ ਅੰਦਰ ਲੈ ਗਿਆ ਦੁਆ ਕਰੋ ਅੱਲਾ ਅੱਜ ਸਾਨੂੰ ਆਪਣੇ ਕਰੀਬ ਆਉਣ ਦੀ ਤੌਫੀਕ ਅਤਾ ਫਰਮਾਏ ਅੱਲਾ ਸਾਨੂੰ ਆਪਣੀ ਸੱਚੀ ਮੁਹੱਬਤ ਨਸੀਬ ਫਰਮਾਏ ਆਓ ਮੁਸਲਮਾਨੋ ਜ਼ਰਾ ਗੌਰ ਕਰਦੇ ਜਾਣਾ ਆ ਮੇਰੇ ਇਮਾਮ ਉਲੰਬੀਆ ਨਾਲ ਪਿਆਰ ਕਰਨ ਵਾਲੇ ਆ ਮੇਰੇ ਇਮਾਮੇ ਕਾਇਨਾਤ ਦੀਆਂ ਗੱਲਾਂ ਤੇ ਅਮਲ ਵੀ ਕਰਿਆ ਕਰ ਇਧਰੋਂ ਹਜ਼ਰਤ ਅਬਦੁੱਲਾ ਬਿਨ ਉਮਰ ਫਰਮਾਉਂਦੇ ਨੇ ਇਹ ਜਨਾਬੇ ਬੰਦਾ ਬੀਬੀ ਨੂੰ ਲੈ ਕੇ ਇੱਕ ਕਮਰੇ ਦੇ ਅੰਦਰ ਦਾਖਲ ਹੋ ਗਿਆ ਜਨਾਬੇ ਵਾਲਾ ਬੀਬੀ ਨੂੰ ਜ਼ਨਾ ਵਾਸਤੇ ਜਦੋਂ ਅਮਾਦਾ ਕੀਤਾ ਜਨਾ ਜ਼ਨਾ ਵਾਸਤੇ ਤਿਆਰ ਕਰ ਲਿਆ ਇਹ ਜਨਾਬ ਕਿਫਲ ਤੇ ਔਰਤ ਜਨਾਬ ਇੱਕ ਕਮਰੇ ਦੇ ਅੰਦਰ ਆ ਗਏ ਜਦੋਂ ਜਨਾਬ ਸਨਾਕਾਰੀ ਦੇ ਇਰਾਦੇ ਦੇ ਨਾਲ ਇਸ ਬੀਬੀ ਦੇ ਕਰੀਬ ਜਾਣ ਲੱਗਾ ਤੇ ਬੀਬੀ ਦਾ ਜਿਸਮ ਕੰਬਣ ਲੱਗ ਪਿਆ ਬੀਬੀ ਦੀ ਜ਼ੁਬਾਨ ਕੰਬਣ ਲੱਗ ਪਈ ਬੀਬੀ ਦੇ ਸਾਰੇ ਜਿਸਮ ਤੇ ਪਸੀਨਾ ਆ ਗਿਆ ਇਹ ਜਦੋਂ ਕਿਫਲ ਨੇ ਇਹ ਹਾਲਤ ਵੇਖੀ ਤੇ ਕਿਫਲ ਬੀਬੀ ਨੂੰ ਕਹਿਣ ਲੱਗਾ ਨੀ ਬੀਬੀ ਇਹ ਕੀ ਕਰਨੀ ਹੈ ਕਿਉਂ ਕੰਬਣੀ ਪਈ ਹੈ ਨਾ ਤੇਰੀਆਂ ਲੱਤਾਂ ਪੈਰ ਹੱਥ ਹਰ ਚੀਜ਼ ਪਈ ਕੰਬਦੀ ਹੈ ਨਾ ਤੇਰੇ ਜਿਸਮ ਤੇ ਪਸੀਨਾ ਕਿਉਂ ਆਇਆ ਹੈ ਆਦਰਾ ਮੇਰੇ ਵੀਰਾ ਇਹਨਾਂ ਗੱਲਾਂ ਤੇ ਗੌਰ ਕਰੀ ਜਿਹੜਾ ਬੀਬੀ ਨੇ ਜਵਾਬ ਦਿੱਤਾ ਅੱਗੋਂ ਬੀਬੀ ਨੇ ਬੜੀ ਲੜਖੜਾਉਂਦੀ ਆਵਾਜ਼ ਦੇ ਨਾਲ ਜਵਾਬ ਦਿੱਤਾ ਕਿਫਲ ਨੂੰ ਕਹਿਣ ਲੱਗੀ ਉਹ ਕਿਫਲ ਸਾਹਿਬ ਆ ਜਿਹੜਾ ਤੁਸੀਂ ਮੇਰੇ ਨਾਲ ਜ਼ੁਲਮ ਕਰਨ ਲੱਗੇ ਹੋ ਜ਼ਿੰਦਗੀ ਦੇ ਅੰਦਰ ਅੱਜ ਤੱਕ ਮੈਂ ਕਦੀ ਗੁਨਾਹ ਨਹੀਂ ਸੀ ਕੀਤਾ ਏਡਾ ਵੱਡਾ ਮੈਂ ਕਦੀ ਜ਼ੁਲਮ ਨਹੀਂ ਸੀ ਕੀਤਾ ਆ ਮੈਨੂੰ ਮਜਬੂਰੀਆਂ ਨੇ ਗੁਨਾਹ ਕਰਨ ਤੇ ਅਮਾਦਾ ਕਰ ਦਿੱਤਾ ਕਿਫਲ ਹਜੇ ਵੀ ਮੇਰਾ ਦਿਲ ਨਹੀਂ ਉਹ ਮੰਨਦਾ ਕਿਫਲ ਨੇ ਅੱਗੋਂ ਜਨਾਬ ਸਵਾਲ ਕੀਤਾ ਨੀ ਬੀਬੀ ਮੈਂ ਤੈਨੂੰ 60 ਦਿਨਾਰ ਵੀ ਦੇ ਚੁੱਕਿਆ ਵਾ ਤੇਰਾ ਦਿਲ ਗੁਨਾਹ ਕਰਨ ਤੇ ਕਿਉਂ ਨਹੀਂ ਕਰਦਾ ਅੱਗੋਂ ਬੀਬੀ ਕਹਿੰਦੀ ਏ ਮੈਨੂੰ ਅੱਜ ਅੱਲਾ ਦੇ ਅਜ਼ਾਬ ਯਾਦ ਆ ਗਏ ਮੈਨੂੰ ਅੱਲਾ ਰੱਬੁਲ ਆਲਮੀਨ ਦੇ ਹੁਕਮਾਂ ਦੀ ਇਹ ਤਸਵੀਰ ਮੇਰੀਆਂ ਅੱਖਾਂ ਦੇ ਸਾਹਮਣੇ ਆ ਗਈ ਅੱਜ ਮੇਰੀ ਅੱਖਾਂ ਦੇ ਅੱਗੇ ਤਸਵੀਰ ਕਬਰ ਵਾਲੀ ਆ ਗਈ ਆ ਮੁਸਲਮਾਨਾ ਕਦੀ ਗੁਨਾਹ ਕਰਨ ਲੱਗਿਆ ਸੋਚਿਆ ਹੀ ਕਿ ਇੱਕ ਦਿਨ ਮੈਂ ਕਬਰ ਦੇ
ਅੰਦਰ ਵੀ ਜਾਣਾ ਏ, ਇੱਕ ਦਿਨ ਮੈਂ ਅੱਲਾ ਦੀ ਬਾਰਗਾਹ ਦੇ ਅੰਦਰ ਪੇਸ਼ ਵੀ ਹੋਣਾ ਏ। ਅਗੋ ਬੀਬੀ ਨੇ ਜਵਾਬ ਦਿੱਤਾ, ਕਿਫਲ ਅੱਲਾ ਕੋਲੋ ਤੌਬਾ ਕਰ ਲੈ, ਉਹ ਕਿਫਲਾ ਮੈਨੂੰ ਮਾਫ ਕਰ ਦੇ, ਮੇਰੇ ਨਾਲ ਜੁਰਮ ਨਾ ਕਰ, ਉਹ ਮੇਰੀ ਮਜਬੂਰੀ ਦਾ ਨਜਾਇਜ਼ ਫਾਇਦਾ ਨਾ ਚੁੱਕੀ, ਉਹ ਕਿਫਲਾ ਮੈਂ ਬੜੀ ਪਾਕ ਦਾ ਮਨਾ, ਅੱਜ ਤੱਕ ਮੈਂ ਆਪਣੇ ਅੱਲਾ ਨੂੰ ਨਾਰਾਜ਼ ਨਹੀਂ ਹੋ ਕੀਤਾ, ਉਹ ਕਿਫਲਾ ਮੈਨੂੰ ਮਾਫ ਕਰ ਦੇ, ਮੈਨੂੰ ਛੱਡ ਦੇ। ਇਹ ਜਨਾਬੇ ਵਾਲਾ ਬੀਬੀ ਗੱਲਾਂ ਪਈ ਕਰਦੀ ਏ, ਨਾਲ ਬੀਬੀ ਦੀਆਂ ਅੱਖਾਂ ਚੋਂ ਜਾਰੋ ਕਿਤਾਰਿਆਂ ਸੁਜਾਰੀ ਨੇ, ਇੱਕ ਆਂਸੂਆਂ ਦਾ ਕਤਰਾ ਜਦੋਂ ਅੱਲਾ ਦੀ ਬਾਰਗਾਹ ਦੇ ਅੰਦਰ ਗਿਰਿਆ, ਰੱਬ ਨੇ ਕਿਫਲ ਦੇ ਦਿਲ ਦੇ ਅੰਦਰ ਬੀਬੀ ਦਾ ਰੋਬ ਪਾ ਦਿੱਤਾ। ਇਹ ਜਦੋਂ ਜਨਾਬ ਬੀਬੀ ਗੱਲਾਂ ਕਰੀ ਜਾ ਰਹੀ ਏ, ਅੱਲਾ ਨੇ ਕਿਫਲ ਦੇ ਦਿਲ ਦੇ ਅੰਦਰ ਗੁਨਾਹਾਂ ਦੀ ਇਹ ਜਨਾਬੇ ਵਾਲਾ ਨਫ਼ਰਤ ਪੈਦਾ ਕਰ ਦਿੱਤੀ। ਇਹ ਜਨਾਬ ਕਿਫਲ ਨੇ ਜਦੋਂ ਸੁਣਿਆ, ਬੀਬੀ ਨੇ ਕਿਹਾ ਕਿ ਅੱਜ ਤੱਕ ਅੱਜ ਤੋਂ ਪਹਿਲਾਂ ਮੈਂ ਕਦੀ ਐਸਾ ਗੁਨਾਹ ਨਹੀਂ ਉਹ ਕੀਤਾ, ਤੇ ਕਿਫਲ ਨੇ ਕੋ ਜਵਾਬ ਦਿੱਤਾ, ਨੀ ਬੀਬੀ ਤੂੰ ਜ਼ਿੰਦਗੀ 'ਚ ਪਹਿਲੀ ਵਾਰੀ ਗੁਨਾਹ ਕਰਨ ਲੱਗੀ ਏ, ਤੇ ਇੰਨਾ ਪਈ ਡਰਨੀ ਏ, ਮੈਂ ਤੇ ਗੁਨਾਹਾਂ ਨਾਲ ਭਰਿਆ ਵਾ, ਮੈਂ ਤੇ ਅੱਜ ਤੱਕ ਇੰਨੇ ਗੁਨਾਹ ਕੀਤੇ ਨੇ, ਦੁਨੀਆਂ ਦਾ ਕੋਈ ਗੁਨਾਹ ਛੱਡਿਆ ਹੀ ਨਹੀਂ। ਆ ਮੇਰੇ ਵੀਰਾਂ ਜ਼ਰਾ ਇਹਨਾਂ ਗੱਲਾਂ ਤੇ ਗੌਰ ਕਰ ਲੈ। ਅੱਗੋਂ ਕਿਫਲ ਜਵਾਬ ਪਿਆ ਦਿੰਦਾ, ਨੀ ਬੀਬੀ ਮੈਂ ਤੇ ਪਤਾ ਨੀ ਕਿੰਨੀਆਂ ਔਰਤਾਂ ਨਾਲ ਜ਼ਨਾ ਕਰ ਚੁੱਕਿਆ ਵਾ, ਮੈਂ ਤਾਂ ਪਤਾ ਨੀ ਕਿੱਡੇ ਕਿੱਡੇ ਵੱਡੇ ਜੁਰਮ ਕਰ ਚੁੱਕਿਆ ਵਾ, ਮੇਰਾ ਗੱਲ ਨੂੰ ਜਦੋਂ ਹਿਸਾਬ ਹੋਵੇਗਾ ਮੈਂ ਆਪਣੇ ਅੱਲਾ ਨੂੰ ਕੀ ਮੂੰਹ ਵਿਖਾਵਾਂਗਾ, ਮੈਨੂੰ ਕਬਰ ਦੇ ਅੰਦਰ ਸੱਪ ਡੰਗ ਮਾਰਨਗੇ, ਉਹ ਮੇਰੇ ਜਿਸਮ ਨੂੰ ਪਿੱਛੂ ਖਾਣਗੇ। ਇਹ ਕਿਫਲ ਅੱਲਾ ਦੇ ਕੋਲੋਂ ਡਰਿਆ, ਬੀਬੀਆਂ ਦੀਆਂ ਗੱਲਾਂ ਨੇ ਅਸਰ ਕੀਤਾ, ਤੇ ਉਸੇ ਵੇਲੇ ਬਹਿ ਕੇ ਬੀਬੀ ਨੂੰ ਕਹਿਣ ਲੱਗਾ, ਨੀ ਬੀਬੀ ਅੱਜ ਮੇਰੀਆਂ ਗੱਲਾਂ ਤੇ ਤੂੰ ਵੀ ਗੌਰ ਕਰ ਲੈ, ਅੱਜ ਮੈਂ ਆਪਣੇ ਰੱਬ ਦੇ ਅੱਗੇ ਤੌਬਾ ਕਰਦਾ ਵਾ ਕਿ ਅੱਜ ਤੋਂ ਬਾਅਦ ਮੈਂ ਗੁਨਾਹ ਨਹੀਂ ਕਰਾਂਗਾ, ਅੱਜ ਤੋਂ ਬਾਅਦ ਮੈਂ ਆਪਣੇ ਰੱਬ ਨੂੰ ਨਾਰਾਜ਼ ਨਹੀਂ ਹੋ ਕਰਾਂਗਾ। ਮੇਰੇ ਇਮਾਮ ਉਲੰਬੀਆ ਨੇ ਫਰਮਾਇਆ, ਉਹ ਸਹੀ ਰਾਤ ਬੰਦਾ ਦੁਨੀਆਂ ਤੋਂ ਟੁਰ ਗਿਆ, ਇਹਦੀ ਰੂਹ ਪਰਵਾਜ਼ ਕਰ ਗਈ। ਇਹ ਬੰਦਾ ਜਦੋਂ ਦੁਨੀਆਂ ਤੇ ਟੁਰ ਗਿਆ, ਸੁਬਾਹ ਦਾ ਵੇਲਾ ਹੋਇਆ, ਇਲਾਕੇ ਦੇ ਅੰਦਰ ਸ਼ੋਰ ਮਚ ਗਿਆ ਕਿ ਜਿਹੜਾ ਕਿਫਲ ਨਾਮੀ ਬੰਦਾ ਹੈ ਨਾ, ਜਿਹੜਾ ਬੀਵੀਆਂ ਦੇ ਨਾਲ ਗਲਤ ਕਾਰੀਆਂ ਕਰਨ ਵਾਲਾ, ਇਹ ਜਿਹੜਾ ਸ਼ਰਾਬਾਂ ਪੀਣ ਵਾਲਾ, ਜਿਹੜਾ ਜਨਾਬ ਹਰ ਜੁਰਮ ਕਰਨ ਵਾਲਾ ਕਿਫਲ ਹੈ ਨਾ, ਉਹ ਦੁਨੀਆਂ ਤੋਂ ਟੁਰ ਗਿਆ। ਮੇਰੇ ਇਮਾਮ ਉਲੰਬੀਆ ਨੇ ਫਰਮਾਇਆ, ਇਹ ਬੰਦੇ ਜਦੋਂ ਉਹਦੇ ਘਰ ਦੇ ਵੱਲ ਪਏ ਆਉਂਦੇ ਨੇ, ਉਹਦੇ ਘਰ ਦੇ ਬੰਦੇ ਜਦੋਂ ਕਰੀਬ ਆਏ, ਉਹਦੇ ਦਰਵਾਜ਼ੇ ਤੇ ਅੱਲਾ ਨੇ ਲਿਖ ਦਿੱਤਾ, ਅੱਲਾ ਰੱਬੁ ਲਾਲਮੀਨ ਨੇ ਉਹਦੇ ਦਰਵਾਜ਼ੇ ਤੇ ਲਿਖ ਦਿੱਤਾ, ਦਰਵਾਜ਼ੇ ਤੇ ਮੋਹਰਾਂ ਲਾ ਦਿੱਤੀਆਂ, ਕਿਸ ਬੰਦੇ ਨੂੰ ਅਸੀਂ ਮਾਫ਼ ਫਰਮਾ ਕੇ ਜੰਨਤ ਅਤਾ ਆਓ। ਅੱਜ ਜਿੰਨੇ ਅਸੀਂ ਇਸ ਮਸਜਿਦ ਦੇ ਅੰਦਰ ਆਏ ਆ ਮੇਰੇ ਵੀਰ, ਅੱਜ ਅੱਜ ਦੀ ਦੁਆ ਦੇ ਅੰਦਰ ਅੱਲਾ ਦੇ ਕੋਲ ਅਹਿਦ ਕਰ ਲੈ, ਅੱਲਾ ਨਾਲ ਅਹਿਦੋ ਪਮਾਨ ਕਰ ਲੈ ਮੇਰੇ ਵੀਰਾ, ਜਿੰਨੇ ਪੂਰੇ ਸਾਲ ਚ ਗੁਨਾਹ ਕੀਤੇ, ਅੱਲਾ ਜਿੰਨੀ ਜ਼ਿੰਦਗੀ ਲੰਘ ਗਈ, ਜਿੰਨੇ ਗੁਨਾਹ ਕੀਤੇ, ਅੱਲਾ ਤੇਰੀ ਬਾਰਗਾਹ ਚ ਆ ਗਏ ਆ ਬੜੇ ਸ਼ਰਮਸਾਰ ਆ, ਅੱਲਾ ਗੁਨਾਹਾਂ ਤੋਂ ਮਾਫੀਆਂ ਦੇਣ ਵਾਲੀ ਜ਼ਾਤ ਤੇਰੀ, ਅੱਲਾ ਸਾਡੇ ਸਭਨਾ ਦੇ ਕਬੀਰਾ ਸਗੀਰਾ ਗੁਨਾਹਾਂ ਨੂੰ ਮਾਫ ਫਰਮਾ, ਦੁਨੀਆਂ ਦਾਰਾਂ ਕੇ ਰੋਣਾ ਅੱਲਾ ਦੀ ਕਸਮ ਰੱਬ ਦੀ
ਦੀ ਬਾਰਗਾਹ ਦੇ ਅੰਦਰ ਇੱਕ ਆਂਸੂ ਦਾ ਕਤਰਾ, ਮੇਰੇ ਇਮਾਮ ਉਲੰਬੀਆ ਨੇ ਫਰਮਾਇਆ ਕਿ ਅਗਰ ਤੇਰੀ ਅੱਖ 'ਚ ਆਂਸੂ ਦਾ ਕਤਰਾ ਵੀ ਨਹੀਂ ਨਾ ਹੁੰਦਾ, ਬੇਈਆਂ ਮਾਨੀਆਂ ਕਰ ਕਰਕੇ ਰੋਣ ਵਾਲਾ ਮੂੰਹ ਰੱਬ ਦੀ ਬਾਰਗਾਹ 'ਚ ਬਣਾ ਲੈ, ਅੱਲਾ ਤੇਰਾ ਰੋਣ ਵਾਲਾ ਮੂੰਹ ਹੀ ਕਬੂਲ ਫਰਮਾ ਲਏਗਾ। ਦੁਆ ਅੱਲਾ ਸਾਨੂੰ ਸਭਨਾਂ ਨੂੰ ਸੱਚੀ ਤੌਬਾ ਦੀ ਤੌਫੀਕ ਨਸੀਬ ਫਰਮਾਏ। ਵਾ ਮਾ ਤੌਫੀਕ।